ਜਿੰਮੀ ਬੜਾ ਬਲੋਂ ਸਾਰੇ ਜਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਤੇ ਆਪਾਂ ਹਰ ਸੋਮਵਾਰ ਦੀ ਤਰ੍ਹਾਂ ਫਿਰ ਪੇਸ਼ ਆ ਕਮਿਊਨਿਟੀ ਦੀਆਂ ਕੁਝ ਗੱਲਾਂ ਲੈ ਕੇ, ਕੁਝ ਚੰਗੀਆਂ ਨੇ ਕੁਝ ਨਹੀਂ ਚੰਗੀਆਂ, ਲੇਕਿਨ ਆਪਣਾ ਫਰਜ਼ ਆ ਕਿ ਜੋ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜਾਂ ਆਪਾਂ ਨੂੰ ਦਿਖਿਆ ਜੋ ਕੈਮਰੇ ਦੇ ਵਿੱਚ ਰਿਕਾਰਡ ਕੀਤਾ, ਉਹਨਾਂ ਬਾਰੇ ਜ਼ਰੂਰ ਹਾਈਲਾਈਟ ਕਰੀਏ ਕਿ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ। ਔਰ ਸਪੈਸ਼ਲੀ ਜਦੋਂ ਆਪਾਂ ਸ਼ੋਅ ਕਰਦੇ ਹਾਂ ਹਰ ਮੰਡੇ, ਇੱਥੋਂ ਐਪੀਸੋਡ ਬਣਾਉਂਦੇ ਹਾਂ ਇੰਡੀਅਨ ਐਪਸ ਤੋਂ ਲੋਕਲ, ਜਿਹੜਾ ਆਪਾਂ ਜਸ ਟੀਵੀ ਦਾ ਚੈਨਲ ਇੱਥੇ ਲਿਆ ਕੇ ਖੋਲ੍ਹਿਆ ਹੋਇਆ, ਉਹ ਕਮਿਊਨਿਟੀ ਵਾਸਤੇ ਹੀ ਖੋਲ੍ਹਿਆ ਹੋਇਆ ਤਾਂ ਕਿ ਕਮਿਊਨਿਟੀ ਦੀ ਹਰ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਆਪਾਂ ਜ਼ਰੂਰ ਵਰਲਡ ਵਾਈਜ਼ ਪਹੁੰਚਾ ਸਕੀਏ ਕਿ ਇੰਡੀਅਨ ਐਪਲ ਦੀ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ। ਇਸੇ ਤਰ੍ਹਾਂ ਹੀ ਜਿਹੜੀ ਸ਼ੂਟਿੰਗ ਹੋਈ ਉਹਦੇ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਹੈ, ਔਰ ਹੋਰ ਵੀ ਕਈ ਪ੍ਰੋਗਰਾਮ ਜਿਹੜੇ ਉਲੀਕੇ ਗਏ ਉਹਨਾਂ ਦੇ ਵਿੱਚ, ਵੀਕਐਂਡ 'ਤੇ ਵੀ ਆਪਾਂ ਗਏ ਔਰ ਵੀਕਡੇਜ਼ ਵੀ ਜਾਂਦੇ ਰਹਿੰਦੇ ਹਾਂ ਜਿੱਥੇ ਵੀ ਮੌਕਾ ਮਿਲਦਾ। ਜੇ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਹੇਠ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਲਾਈਵ ਸ਼ੋਅ ਦੇ ਵਿੱਚ ਗੱਲ ਕਰ ਸਕਦੇ ਹੋ, ਜਾਂ ਤੁਸੀਂ ਕੋਈ ਆਪਣੀ ਜਿਹੜੀ ਤੁਹਾਡੀ ਕਮਿਟਮੈਂਟ ਜਾਂ ਤੁਹਾਡਾ ਕੋਈ ਕਮਿਊਨਿਟੀ ਦੇ ਤਰਫ ਵੀ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਜਜ਼ਬਾ ਰੱਖਦੇ ਹੋ ਕਰਨ ਦਾ, ਤਾਂ ਵੀ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਜਾਂ ਮੈਨੂੰ ਈਮੇਲ ਵੀ ਭੇਜ ਸਕਦੇ ਹੋ brad@justbroadcasting.com ਜਾਂ info@broadcasting.com, ਸੋਰੀ brad@justbroadcasting.com, info@justbroadcasting.com, ਜਾਂ ਹੇਠ ਲਿਖੇ ਨੰਬਰ ਨੇ ਜਿਹੜੇ ਉਹਨਾਂ 'ਤੇ ਕਾਲ ਵੀ ਕਰ ਸਕਦੇ ਹੋ। ਇਹਦੇ ਵਿੱਚ ਆਪਾਂ ਕੀ ਕਰਨਾ ਚਾਹੁੰਦੇ ਹਾਂ, ਜਿਹੜਾ ਸਾਡੀ ਕੋਸ਼ਿਸ਼ ਹੈ ਇਹ ਜਸ ਟੀਵੀ ਦੇ ਪਲੇਟਫਾਰਮ ਨੂੰ ਲੈ ਕੇ ਕਿ ਅਸੀਂ ਕਮਿਊਨਿਟੀ ਦੇ ਵਿੱਚ ਜਿਹੜੇ ਬੰਦੇ ਐਸੇ ਨੇ ਜਿਹੜੇ ਕੁਛ ਕਰਨਾ ਚਾਹੁੰਦੇ ਨੇ ਕਮਿਊਨਿਟੀ ਲਈ, ਉਹਨਾਂ ਨੂੰ ਨਾਲ ਜੋੜ ਲਈਏ, ਨਾਲ ਲੈ ਕੇ ਉਹ ਜਿਹੜੇ ਸਾਡੇ ਇੱਥੋਂ ਦੇ ਬੱਚੇ ਨੇ ਉਹਨਾਂ ਨੂੰ ਵੀ ਕਮਿਊਨਿਟੀ ਦੇ ਨਾਲ ਜੋੜਿਆ ਜਾਵੇ, ਚਾਹੇ ਉਹ ਗੁਰਦੁਆਰਾ ਹੋਵੇ, ਚਾਹੇ ਉਹ ਮੰਦਿਰ ਹੋਵੇ ਜਾਂ ਮਸਜਿਦ ਹੋਵੇ। ਦਾਸ ਦੀ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਯੰਗਸਟਰ ਨੇ ਸਪੈਸ਼ਲੀ ਜਿਹੜੇ ਇੱਥੋਂ ਦੇ ਜੰਮੇ ਪਲੇ ਨੇ, ਜਿਹੜੇ ਬਹੁਤ ਘੱਟ ਗੁਰਦੁਆਰਿਆਂ ਜਾਂਦੇ ਨੇ ਜਾਂ ਬਹੁਤ ਘੱਟ ਮੰਦਰਾਂ ਜਾਂਦੇ ਨੇ, ਆਪਾਂ ਉਪਰਾਲਾ ਕਰਨਾ ਹੈ ਕਿ ਉਹਨਾਂ ਨੂੰ ਨਾਲ ਲੈ ਕੇ ਆਉਣਾ, ਤਾਂ ਕਿ ਜੇ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਸਾਂਭਣੀ ਹੈ, ਜਿਹੜੇ ਸਾਡੇ ਬੱਚੇ ਨੇ, ਸਾਨੂੰ ਉਹਨਾਂ ਨੂੰ ਮੈਨੂੰ ਲੱਗਦਾ ਕਿ ਜੋੜਨਾ ਜ਼ਰੂਰੀ ਆ, ਤਾਂ ਕਿ ਉਹ ਇਸ ਪਾਸੇ ਚੱਲਣ ਔਰ ਉਹ ਸਾਡੇ ਇੰਡੀਆ ਦੇ ਨਾਲ ਜੁੜੇ ਰਹਿਣ, ਜਾਂ ਜਿਹੜਾ ਇੰਡੀਆ ਦਾ ਕਲਚਰ ਹੈ ਉਹ ਵੀ ਉਹਨਾਂ ਨੂੰ ਪਤਾ ਹੋਵੇ, ਤਾਂ ਕਿ ਇੱਥੇ ਦੇ ਮਾਡਰਨ ਵੀ ਹੋ ਜਾਣ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਉਹ ਆਪਣੀ ਮਿੱਟੀ ਕਹਿ ਲਓ ਜਾਂ ਆਪਣਾ ਪਿਛੋਕੜ ਲੈ ਲਓ ਉਹਦੇ ਨਾਲ ਜੁੜੇ ਰਹਿਣ। ਜੇ ਨਹੀਂ ਜੋੜਾਂਗੇ ਤਾਂ ਆਪਾਂ ਨੂੰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਊਗੀ ਦੇਖਣ ਨੂੰ, ਕਿ ਬੱਚੇ ਜਿਹੜੇ ਸਾਡੇ ਆ ਉਹ ਸਾਡੀ ਜਿਹੜੀ ਹੋਂਦ ਆ ਜਿਹੜੇ ਬੱਚੇ ਆ ਉਹ ਖਤਮ ਕਰ ਦੇਣਗੇ, ਉਹ ਸਾਡੇ ਆਪਦੇ ਬੱਚੇ ਹੀ ਕਰ ਦੇਣਗੇ, ਕਿਉਂਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਜਾਂ ਸੱਚ ਦੀ ਜਿਹੜੀ ਸਾਡੀ ਲੜਾਈ ਹੈ ਉਹਦੇ ਨਾਲ ਨਹੀਂ ਜੋੜ ਸਕੇ। ਮੇਰੀ ਕੋਸ਼ਿਸ਼ ਹੋਊਗੀ ਇਹ ਕਿ ਆਪਾਂ ਹਰ ਬਜ਼ੁਰਗ, ਹਰ ਬੱਚਾ, ਹਰ ਮਾਈ ਭਾਈ ਨੂੰ ਲੈ ਕੇ ਆਈਏ ਅਤੇ ਉਹਨਾਂ ਨੂੰ ਇਸ ਪਾਸੇ ਚਲਾਈਏ ਕਿ ਜੋ ਸਾਨੂੰ ਓਵਰ ਦਾ ਵੀਕਐਂਡ ਜਿਹੜਾ ਦੇਖਣ ਨੂੰ ਮਿਲਿਆ ਉਹ ਨਾ ਮਿਲੇ। ਬੜਾ ਹੀ ਵਧੀਆ ਪ੍ਰੋਗਰਾਮ ਲੀਕਿਆ ਹੋਇਆ ਸੀ ਜਿਹੜਾ ਇਹਨਾਂ ਦੇ ਜਿਹੜੇ ਜਿਹਨਾਂ ਬੰਦੇ ਦੀ ਡੈਥ ਹੋਈ ਸੀ, ਅਮੈਰੀਕਨਸ ਵੀ ਇੰਡੀਅਨਸ ਵੀ ਸਾਰਿਆਂ ਨੇ ਇਕੱਠੇ ਹੋ ਕੇ ਲੀਕਿਆ ਸੀ। ਬੜਾ ਵੱਡਾ ਸਟੇਡੀਅਮ ਸੀ ਲੂਕਾਸ ਓਇਲ ਸਟੇਡੀਅਮ, ਜਿੱਥੇ 1 ਲੱਖ ਬੰਦੇ ਦੀ ਕੈਪੈਸਿਟੀ ਹੈ, ਜਿੱਥੇ ਗਵਰਨਰ ਵੀ ਆਇਆ ਆਪਣੇ ਅਤੇ ਮੇਅਰ ਵੀ ਆਇਆ, ਹੋਰ ਵੀ ਕਾਫੀ ਬੁਲਾਰੇ ਆਏ ਜਿਨ੍ਹਾਂ ਨੇ ਆ ਕੇ ਉੱਥੇ ਸਪੀਚ ਦਿੱਤੀ। ਬਹੁਤ ਹੀ ਵਧੀਆ ਸਪੀਚ ਦਿੱਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਆ ਜਿਹੜੀਆਂ ਘਟਨਾਵਾਂ ਨਹੀਂ ਘਟਣੀਆਂ ਚਾਹੀਦੀਆਂ, ਉਹਨਾਂ ਨੂੰ ਕਿੱਦਾਂ ਪ੍ਰਿਵੈਂਟ ਕੀਤਾ ਜਾਂਦਾ। ਉਹਨਾਂ ਨੇ ਜੋ ਮੈਨੂੰ ਸੁਣਨ ਵਿੱਚ ਮਿਲਿਆ ਕਿ ਜਿੰਨੇ ਵੀ ਬੁਲਾਰੇ ਸੀ ਸਾਰਿਆਂ ਨੇ ਇਹੀ ਕਿਹਾ ਕਿ ਵੱਖਰੇ ਵੱਖਰੇ ਧਰਮਾਂ ਦੇ ਵੀ ਸੀ, ਕਿ ਆਪਾਂ ਨੂੰ ਧਰਮ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਤੌਰ 'ਤੇ ਇੱਕ ਇਨਸਾਨ ਦੀ ਜਾਨ ਨੂੰ ਬਚਾਉਣ ਲਈ ਆਪਾਂ ਨੂੰ ਇਸ ਪਾਸੇ ਤੁਰਨਾ ਪਵੇਗਾ, ਨਾ ਕਿ ਅਸੀਂ ਇਹੀ ਰੌਲਾ ਪਾਈਏ ਕਿ ਸਿੱਖੀ ਹੈ, ਇਹ ਹਿੰਦੂ ਹੈ, ਇਹ ਬੁੱਧਾ ਹੈ, ਇਹ ਕ੍ਰਿਸਚਨ ਹੈ ਜਾਂ ਇਹ ਜੈਨੀ ਹੈ। ਇਹਨਾਂ ਚੀਜ਼ਾਂ ਨੂੰ ਛੱਡ ਕੇ ਜੋ ਸਪੀਚਾਂ ਸੁਣੀਆਂ ਉਹਨਾਂ ਦੀਆਂ, ਮੈਨੂੰ ਇਹ ਲੱਗਦਾ ਕਿ ਸਾਨੂੰ ਆਪਣੇ ਧਰਮਾਂ ਤੋਂ ਥੋੜ੍ਹਾ ਥੋੜ੍ਹਾ ਨਹੀਂ ਕਾਫੀ ਜ਼ਿਆਦਾ ਉੱਚਾ ਉੱਪਰ ਉੱਠ ਕੇ ਇਸ ਪਾਸੇ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਧਰਮਾਂ ਦੀ ਜਿਹੜੀ ਤਾਣੀ ਬਾਣੀ ਉਹਦੇ ਵਿੱਚ ਉਲਝ ਕੇ ਨਾ ਰਹਿ ਜਾਈਏ ਕਿ ਅਸੀਂ ਇਸ ਧਰਮ ਬਿਲੋਂਗ ਕਰਦੇ, ਆਹ ਧਰਮ ਝੂਠਾ ਆ ਅਤੇ ਆਹ ਧਰਮ ਸੱਚਾ ਆ, ਆਹ ਜਿਹੜਾ ਧਰਮ ਆਹ ਸਿਖਾਉਂਦਾ। ਸਾਰੇ ਧਰਮ 4-5 ਗੱਲਾਂ ਜਿਹੜੀਆਂ ਉਹੀ ਸਿਖਾਉਂਦੇ ਨੇ, ਚਾਹੇ ਉਹਨਾਂ ਨੂੰ ਤੁਸੀਂ ਸਿੱਧੇ ਪੜ੍ਹ ਦਿਓ, ਪੁੱਠੇ ਕਰਕੇ ਪੜ੍ਹ ਦਿਓ, ਜਿੱਦਾਂ ਵੀ ਪੜ੍ਹ ਦਿਓ, ਉਹ 4-5 ਗੱਲਾਂ ਨੇ ਜਿਹੜੀਆਂ ਹਰ ਇੱਕ ਧਰਮ ਉਹੀ ਸਿਖਾ ਰਿਹਾ। ਜੇ ਸਿੱਖਾਂ ਦਾ ਧਰਮ ਹੈ, ਹਿੰਦੂਆਂ ਦਾ ਆ ਜਾਂ ਜੈਨੀ ਹੋਣ, ਜਿਹੜੇ ਵੀ ਧਰਮ ਆ ਉਹ ਇਹੀ ਸਿਖਾਉਂਦੇ ਆ ਕਿ ਤੁਸੀਂ ਕਿਰਤ ਕਰੋ, ਔਰ ਤੁਹਾਡੇ ਤੋਂ ਕੋਈ ਵੀ ਇਨਸਾਨ ਜਿਹੜਾ ਉਹਦਾ ਮਾੜਾ ਨਾ ਹੋ ਜਾਵੇ, ਔਰ ਤੁਸੀਂ ਜੇ ਤੁਹਾਡੇ ਕੋਲ ਵਾਧੂ ਹੈ ਤਾਂ ਜ਼ਰੂਰ ਵੰਡ ਕੇ ਖਾਓ, ਕਿਉਂਕਿ ਹਰ ਇੱਕ ਇਨਸਾਨ ਦੀ ਹਰ ਇੱਕ ਤਰ੍ਹਾਂ ਦੀ ਵੱਖਰੀ ਸੋਚ ਹੈ। ਜੇ ਉਹ ਸਾਰੀਆਂ ਸੋਚਾਂ ਨੂੰ ਲੈ ਕੇ ਆਪਾਂ ਅਲੱਗ ਅਲੱਗ ਵੰਡ ਲਈਏ, ਜ਼ਰੂਰੀ ਨਹੀਂ ਕਿ ਹਰ ਬੰਦੇ ਦੇ ਕੋਲ ਕੋਈ ਮਿਲੀਨੀਅਰ ਹੁੰਦਾ, ਕੋਈ ਨਹੀਂ ਹੁੰਦਾ। ਆਪਾਂ ਜੇ ਇਹ ਸੋਚ ਰੱਖੀਏ ਕਿ ਮੈਂ ਮੇਰੇ ਕੋਲ ਪਰਮਾਤਮਾ ਨੇ
ਇੰਨੀ ਬਖਸ਼ਿਸ਼ ਕੀਤੀ ਹੋਈ ਆ ਕਿ ਮੇਰੇ ਕੋਲ ਥੋੜ੍ਹਾ ਖਾਣ ਪੀਣ ਦਾ ਸਮਾਨ ਵਾਧੂ ਹੈਗਾ। ਬਹੁਤ ਬਹੁਤ ਲੋੜਵੰਦ ਨੇ ਦੁਨੀਆ 'ਤੇ ਜਿਨ੍ਹਾਂ ਨੂੰ ਇੱਕ ਦਿਨ ਦਾ ਖਾਣਾ ਨਹੀਂ ਨਸੀਬ ਹੁੰਦਾ। ਜੇ ਆਪਾਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਕਿ ਆਪਾਂ ਥੋੜ੍ਹਾ ਜਿਹਾ ਆਪਣੇ ਧਰਮ ਜਾਤ ਪਾਤ ਉੱਤੇ ਉੱਠ ਕੇ ਇਸ ਪਾਸੇ ਨੂੰ ਚੱਲੀਏ, ਮੈਨੂੰ ਲੱਗਦਾ ਕਿ ਜਿਹੜੀਆਂ ਸ਼ੂਟਿੰਗਾਂ ਆ ਜਾਂ ਹੇਟ ਕ੍ਰਾਈਮ ਕਹਿੰਦੇ ਆਪਾਂ, ਹਰ ਤਰ੍ਹਾਂ ਦੇ ਬੰਦੇ ਨੇ ਇਹਨੂੰ ਅਲੱਗ ਅਲੱਗ ਤਰੀਕੇ ਨਾਲ ਦੇਖਿਆ। ਮੈਂ ਵੈਸੇ ਇਹਨੂੰ ਹੇਟ ਕ੍ਰਾਈਮ ਨਾਲ ਨਹੀਂ ਦੇਖਦਾ, ਜਿਵੇਂ ਮੇਰੀ ਆਪਦੀ ਪਰਸਨਲ ਓਪੀਨੀਅਨ ਆ, ਕਿਉਂਕਿ ਹੇਟ ਕ੍ਰਾਈਮ ਤਾਂ ਹੁੰਦਾ ਜੇ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾਵੇ। ਇੱਥੇ ਇੱਕ ਬੰਦੇ ਨੂੰ, ਪੂਰੀ ਪਬਲਿਕ ਨੂੰ ਟਾਰਗੇਟ ਕੀਤਾ ਗਿਆ। ਔਰ ਬੰਦਾ ਉੱਥੇ ਕੰਮ ਕਰਦਾ ਸੀ, ਉਹ ਕੀ ਕਾਰਨ ਆਇਆ ਸੀ ਉਹ ਤਾਂ ਉਹੀ ਦੱਸ ਸਕਦਾ, ਲੇਕਿਨ ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਜਿਹੜੇ ਉਹ ਮੇਨ ਕਾਰਨ ਉਹ ਮੈਨੇਜਰ ਨੂੰ ਮਾਰਨ ਆਇਆ ਸੀ ਜਿਹਦੇ ਕੋਲ ਉਹਦੀ ਚੈੱਕ ਹੁੰਦੀ ਸੀ। ਕਿਉਂ ਮਾਰਨ ਆਇਆ ਸੀ? ਕਿਉਂਕਿ ਮੈਂਟਲੀ ਐਲ ਸੀ। ਮੇਰੇ ਹਿਸਾਬ ਦੇ ਨਾਲ ਜੇ ਉਸ ਬੰਦੇ ਨੂੰ ਕਿਸੇ ਬੰਦੇ ਨੇ 2 ਮਿੰਟ ਜਾਂ 1 ਮਿੰਟ ਪਿਆਰ ਦੇ ਨਾਲ ਬਿਠਾ ਕੇ ਸਮਝਾਇਆ ਹੁੰਦਾ ਤਾਂ ਜ਼ਰੂਰ ਉਹ ਬੰਦਾ ਸਮਝ ਜਾਂਦਾ ਅਤੇ ਇੱਥੇ ਨਾ ਜਾਂਦਾ। ਐਂਡ 'ਤੇ ਗੱਲ ਮੌਕੇ ਫੇਰ ਆ ਜਾਂਦੀ ਆ ਕਿ ਪਿਆਰ ਮੁਹੱਬਤ, ਜਿਹੜਾ ਪਿਆਰ ਮੁਹੱਬਤ ਆ ਬੜੀ ਬੜੀ ਦੂਰ ਤੱਕ ਲੈ ਕੇ ਜਾਂਦਾ। ਤੁਸੀਂ ਹਰ ਬੰਦਾ, ਮੈਂ ਕਹਾਂਗਾ ਉਹਦਾ ਫਰਜ਼ ਬਣਦਾ ਜਿਹੜਾ ਇਨਸਾਨ ਇਸ ਦੁਨੀਆ 'ਤੇ ਆਇਆ ਹੈ, ਕਿ ਉਹ ਜੋ ਆਪਣੇ ਲਈ ਤਾਂ ਸਾਰੇ ਕਰਦੇ ਨੇ ਕਿ ਥੋੜ੍ਹਾ ਬਹੁਤ ਕਿਸੇ ਲਈ, ਜੇ ਇੱਕ ਬੰਦਾ 2 ਬੰਦਿਆਂ ਨੂੰ ਵੀ ਰੋਕ ਬੈਠੇ ਜਾਂ ਸਮਝਾਵੇ ਜਾਂ ਉਹਨਾਂ ਨੂੰ ਪਿਆਰ ਨਾਲ ਦੱਸੇ, ਮੈਨੂੰ ਲੱਗਦਾ ਕਿ ਕੋਈ ਧਰਮ ਜਾਤ ਪਾਤ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਜ਼ਰੂਰ ਇੱਕ ਦੂਜੇ ਦੇ ਨੇੜੇ ਆਉਣਗੇ, ਔਰ ਇਹ ਜਿਹੜੇ ਮਾਰਾਮਾਰੀ ਦਾ ਕੰਮ ਆ ਇਹ ਜ਼ਰੂਰ ਬੰਦ ਹੋ ਜਾਊਗਾ। ਲੇਕਿਨ ਇਹ ਕੁਛ ਚੀਜ਼ਾਂ ਜਿਹੜੀਆਂ ਨੇ ਸੋਚ ਤੋਂ ਬਾਹਰ ਨੇ, ਕੁਦਰਤ ਵੀ ਹੁੰਦੀ ਆ। ਜੇ ਕੁਦਰਤ ਨੂੰ ਮੰਨੀਏ ਤਾਂ ਕੁਦਰਤ ਦੇ ਹਾਲਾਤ ਇਹ ਨੇ, ਜਿਹੜਾ ਬੰਦਾ ਇੱਕ ਇੰਡੀਆ ਤੋਂ ਆਇਆ ਉਹ ਜੌਬ 'ਤੇ ਵੀ ਨਹੀਂ, ਉਹਦੇ ਨਿਆਣੇ ਨਹੀਂ ਜਾਣ ਦਿੰਦੇ ਸੀ, ਉਹ ਜ਼ਬਰਦਸਤੀ ਜੌਬ 'ਤੇ ਗਿਆ ਅਤੇ ਉਹਦੀ ਉੱਥੇ ਡੈਥ ਹੋ ਗਈ ਗੋਲੀ ਲੱਗਣ ਦੇ। ਉਹ ਵਜ੍ਹਾ ਕੀ ਸੀ? ਕਿ ਉਹਦੀ ਇਸ ਤਰ੍ਹਾਂ ਲਿਖੀ ਹੋਈ ਸੀ। ਜੇ ਲਿਖੀ ਹੋਈ ਜਿਹੜੀ ਆ ਉਹਨੂੰ ਅੱਜ ਤੱਕ ਕੋਈ ਨਹੀਂ ਮਿਟਾ ਸਕਿਆ ਅਤੇ ਨਾ ਮਿਟਾ ਸਕੂਗਾ। ਮੇਰਾ ਇਹ ਮੰਨਣਾ ਹੈ ਕਿ ਜੋ ਉੱਪਰ ਵਾਲੇ ਨੇ ਜੋ ਲਿਖਿਆ ਹੋਇਆ ਉਹ ਜ਼ਰੂਰ ਹੀ ਹੋਣਾ ਹੀ ਹੈ, ਜਿਹੜੀ ਹੋਣੀ ਹੈ ਉਹਨੂੰ ਕੋਈ ਬਦਲ ਨਹੀਂ ਸਕਦਾ। ਉਹ ਦੂਸਰਾ, ਇਹ ਮੇਰਾ ਪਰਸਨਲ ਬਿਲੀਵ ਹੈ ਕਿ ਜਿੰਨੀ ਤੁਹਾਡੀ ਲਿਖੀ ਆ ਉਹ ਵੱਧ ਨਹੀਂ ਸਕਦੀ, ਨਾ ਉਹ 2 ਮਿੰਟ ਅੱਗੇ ਹੋ ਸਕਦੀ ਆ ਨਾ 2 ਮਿੰਟ ਪਿੱਛੇ ਹੋ ਸਕਦੀ ਆ। ਜਿਹੜੀ ਡੈਸਟਨੀ ਹੈ, ਉਮਰ ਜਿੰਨੀ ਲਿਖੀ ਹੋਈ ਉਹ ਤੁਸੀਂ ਉੱਥੇ ਆਪ ਚਲੇ ਜਾਣਾ, ਚਾਹੇ ਉਹ ਕਿਸ ਤਰ੍ਹਾਂ ਹੋਵੇ। ਚਾਹੇ ਤੁਹਾਨੂੰ ਹੋਸਪਿਟਲ ਬੈਚ ਪਏ ਬੰਦੇ ਹੋਏ ਦੇਖੇ ਨੇ, ਜਿਹਨਾਂ ਨੂੰ ਹੋਸਪਿਟਲ ਦੇ ਵਿੱਚ ਹੀ ਹਾਰਟ ਅਟੈਕ ਆਉਣ ਦੇ ਨਾਲ ਉਹ ਉੱਥੇ ਪੂਰੇ ਹੋ ਗਏ। ਉੱਥੇ ਡਾਕਟਰ ਵੀ ਸੀਗਾ ਅਤੇ ਉੱਥੇ ਪੂਰੀ ਟੀਮ ਵੀ ਸੀਗੀ, ਲੇਕਿਨ ਉਹ ਫਿਰ ਵੀ ਉਹਨੂੰ ਨਾ ਬਚਾ ਸਕੇ। ਇੱਦਾਂ ਦੀਆਂ ਵੀ ਕਹਾਣੀਆਂ ਜਿਹੜੀਆਂ ਦਸ ਦੇ ਕੋਲ ਪਹੁੰਚੀਆਂ ਨੇ। ਪਰ ਇੱਕ ਇਨਸਾਨ ਦੀ ਫਿਤਰਤ ਦੇਖੋ, ਜਿਹੜੀ ਹੈਰਾਨ ਦੇਣ ਵਾਲੀ ਗੱਲ ਆ ਕਿ ਅਸੀਂ ਰੋਜ਼ ਰੌਲਾ ਪਾਉਂਦੇ ਹਾਂ ਇੱਥੇ ਬੈਠ ਕੇ, ਕਿ ਕਮਿਊਨਿਟੀ ਸਾਡੀ ਇਕੱਠੀ ਹੋ ਜਾਵੇ, ਸਾਡਾ ਭਾਈਚਾਰਾ ਇਕੱਠਾ ਹੋ ਜਾਵੇ, ਸਪੈਸ਼ਲੀ ਜਿਹੜਾ ਅਸੀਂ ਪੰਜਾਬੀ ਨਾਲ ਜੁੜੇ ਹੋਏ ਲੋਕ ਉਹ ਬਹੁਤ ਰੌਲਾ ਪਾਉਂਦੇ ਹਾਂ। ਲੇਕਿਨ ਜੋ ਪਿਛਲੇ ਵੀਕਐਂਡ 'ਤੇ ਦੇਖਣ ਨੂੰ ਮਿਲਿਆ ਕਿ ਐਡਾ ਵੱਡਾ ਪ੍ਰੋਗਰਾਮ ਲਿਖਿਆ ਗਿਆ, ਉਹ ਐਡੇ ਵੱਡੇ ਪੱਧਰ 'ਤੇ ਜਿਹੜੇ ਬੁਲਾਰੇ ਵੀ ਆਏ, ਲੇਕਿਨ ਜਿਹੜੀ ਦੇਖਣ ਵਾਲੀ ਪਬਲਿਕ ਸੀ ਉਹ ਇੰਨੀ ਥੋੜ੍ਹੀ ਕਿਉਂ ਸੀ? ਇੱਕ ਬੜਾ ਵੱਡਾ ਕੁਐਸਚਨ ਸੀ ਉਹ, ਕਿ ਉਹ ਪਬਲਿਕ ਨੂੰ ਕੀ ਹੋਇਆ? ਕੀ ਪਬਲਿਕ ਜਿਹੜੇ ਮੋਹਰੀ ਸੀ ਘੜਾਮ ਚੌਧਰੀ ਜਿਹਨਾਂ ਨੂੰ ਮੈਂ ਕਹਿੰਦਾ, ਉਹਨਾਂ ਤੋਂ ਤੰਗ ਨੇ? ਜਾਂ ਪਬਲਿਕ ਇਹ ਚੀਜ਼ਾਂ ਦੇਖਣਾ ਨਹੀਂ ਚਾਹੁੰਦੀ? ਇਹ ਪਬਲਿਕ ਦੇ ਵਿਊ ਜਿਹੜੇ ਨੇ ਉਹ ਮੈਂ ਜ਼ਰੂਰ ਲੈ ਕੇ ਆਊਂਗਾ ਆਉਣ ਵਾਲੇ ਸਮੇਂ ਦੇ ਵਿੱਚ, ਹਰ ਇੱਕ ਗੁਰੂ ਘਰ ਜਾ ਕੇ ਆਮ ਜਿਹੜੀ ਆਮ ਪਬਲਿਕ ਆ, ਜਿਹੜੇ ਕਮੇਟੀਆਂ ਤੋਂ ਉੱਪਰ ਉੱਠ ਕੇ, ਉਹਨਾਂ ਨੂੰ ਜ਼ਰੂਰ ਮੇਰਾ ਇੱਕ ਕੁਐਸਚਨ ਹੋਊਗਾ ਕਿ ਜ਼ਰੂਰ ਇਸ ਨੂੰ ਹਾਈਲਾਈਟ ਕਰੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੰਬਰ 1 ਤਾਂ ਇਹ ਜਿਹੜੀ ਸ਼ੂਟਿੰਗ ਆ ਇਹ ਬੰਦ ਹੋ ਜਾਵੇ, ਨੰਬਰ 2 ਪਬਲਿਕ ਦੇ ਕੀ ਵਿਊ ਨੇ? ਪਬਲਿਕ ਤੋਂ ਪੁੱਛਾਂਗੇ ਕਿ ਤੁਹਾਡੇ ਕਿਉਂ ਨਾ ਆਉਣ ਦੀ ਕੀ ਕਮੀ ਆ, ਕਿ ਜਿੰਨੇ ਉੱਥੇ ਬੰਦੇ ਗਏ ਸੀ ਇਸ ਤੋਂ ਜ਼ਿਆਦਾ ਹਰ ਇੱਕ ਗੁਰੂ ਘਰ ਹਰ ਐਤਵਾਰ ਨੂੰ ਇਕੱਠੇ ਹੁੰਦੇ ਨੇ, ਉੱਥੇ ਨਾ ਪਹੁੰਚਣ ਦਾ ਕਿ ਸਮਾਂ ਥੋੜ੍ਹਾ ਸੀ, ਜਾਂ ਉੱਥੇ ਜਿਹੜਾ ਜਾਣਾ ਨਹੀਂ ਚਾਹੁੰਦੇ ਸੀ, ਜਾਂ ਜਿਹੜਾ ਪ੍ਰੋਗਰਾਮ ਲੀਕਿਆ ਗਿਆ ਉਹ ਰੋਂਗ ਸੀ, ਜਾਂ ਫਿਰ ਜਿਹੜੇ ਬੰਦਿਆਂ ਨੇ ਪ੍ਰੋਗਰਾਮ ਲੀਕਿਆ ਗਿਆ ਪਬਲਿਕ ਉਹਨਾਂ ਨੂੰ ਮੋਹਰੇ ਨਹੀਂ ਦੇਖਣਾ ਚਾਹੁੰਦੀ, ਜਾਂ ਉੱਥੇ ਜਿਹੜੇ ਬੰਦੇ ਗਏ ਹੋਏ ਸੀ ਲੋਕੀ ਨਹੀਂ ਚਾਹੁੰਦੇ ਕਿ ਸਪੀਚਾਂ ਕਰਨ, ਕੀ ਪ੍ਰੋਬਲਮ ਸੀ? ਇਹ ਇੱਕ ਕੁਐਸਚਨ ਬਣ ਕੇ ਰਹਿ ਗਿਆ ਕਿ ਜਦੋਂ ਅਸੀਂ ਇੱਕ ਗੁਰਦੁਆਰੇ ਇੰਨੇ ਇਕੱਠੇ ਹੋ ਸਕਦੇ ਹਾਂ, ਅਤੇ ਲੂਕਸ ਔਰ ਸਟੇਡੀਅਮ ਜਿੱਥੇ ਫ੍ਰੀ ਆਫ ਕੋਸਟ ਟਿਕਟ ਵੀ ਨਹੀਂ ਸੀਗੀ, ਉਹ ਪਾਣੀ ਵੀ ਫ੍ਰੀ ਦਿੱਤਾ ਗਿਆ, ਕੀ ਕੀ ਹੋਇਆ ਉੱਥੇ? ਕਿਉਂ ਲੋਕ ਨਹੀਂ ਆਏ? ਨਾ ਆਉਣ ਦੀ ਵਜ੍ਹਾ ਕੀ ਸੀ? ਕਿ ਲੋਕ ਇਹ ਤਾਂ ਨਹੀਂ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ, ਜਿਹੜੀ ਪਬਲਿਕ ਇੰਡੀਅਨਾਪੋਲਿਸ ਦੀ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਇੱਕ ਛੋਟੇ ਤੋਂ ਛੋਟੇ ਸੱਦੇ 'ਤੇ ਜ਼ਰੂਰ ਪਹੁੰਚਦੇ ਨੇ, ਉਹ ਗੁਰੂ ਘਰ ਹੋਵੇ ਜਾਂ ਕਿਸੇ ਤਰ੍ਹਾਂ ਦਾ ਫੰਕਸ਼ਨ ਹੋਵੇ, ਜਿੰਨੇ ਉੱਥੇ ਬੰਦੇ ਬੈਠੇ ਸੀ ਉਹਦੇ ਨਾਲੋਂ ਜ਼ਿਆਦਾ ਉਸ ਦਿਨ ਉੱਥੇ ਐਮਰਜੈਂਸੀ ਵੇਲੇ ਜਿਹੜੇ ਲੋਕ ਜਿੱਥੇ ਸ਼ੂਟਿੰਗ ਹੋਈ ਸੀ ਹੋਟਲ ਦੇ ਵਿੱਚ ਕਮਰੇ 'ਚ, ਉੱਥੇ ਇਦੋਂ ਜ਼ਿਆਦਾ ਬੰਦੇ ਤਾਂ ਉੱਥੇ ਵੀ ਸੀਗੇ। ਬੜੀ ਹੀ ਦੁੱਖਦਾਇਕ ਘਟਨਾ, ਦੁੱਖ ਲੱਗਦਾ ਇਸ ਗੱਲ ਦਾ ਕਿ ਇੰਨੀ ਸਾਡੀ ਕਮਿਊਨਿਟੀ ਹੋਵੇ ਅਤੇ ਅਸੀਂ ਉੱਥੇ ਬੰਦਾ ਸਿਰਫ 200-250 ਬੰਦਾ ਹੋਵੇ, ਜਿਹਨੂੰ ਅਸੀਂ ਰੌਲਾ ਪਾਉਂਦੇ ਹਾਂ ਕਿ ਸਾਡਾ ਤਾਂ ਜੀ 10,000 ਬੰਦਾ ਇੱਥੇ ਇੰਡੀਅਨ ਐਂਪਲਿਸ ਰਹਿੰਦਾ, ਅਸੀਂ ਤਾਂ 12,000 ਹਾਂ।
ਤੇ ਕੱਲ ਨੂੰ ਮੇਰਾ ਇਹ ਮੰਨਣਾ ਕਿ ਜੇ ਕੋਈ ਅਸੀਂ ਗਵਰਨਰ ਨੂੰ ਮਿਲਦੇ ਹਾਂ ਜਾਂ ਮੇਅਰ ਤੱਕ ਵੀ ਜਾਂਦੇ ਹਾਂ, ਸਾਡੇ ਬੱਚੇ ਜਾਣਗੇ, ਅਸੀਂ ਕਿਹੜਾ ਮੂੰਹ ਲੈ ਕੇ ਜਾ ਸਕਦੇ ਹਾਂ ਕਿ ਸਾਡੀਆਂ ਇੰਨੀਆਂ ਵੋਟਾਂ ਹੈਗੀਆਂ? ਤੇ ਕਿਉਂਕਿ ਉੱਥੇ ਦੇਖਣ ਨੂੰ ਕਹੂਗਾ, ਤੁਸੀਂ ਜਾ ਕੇ ਦੇਖ ਲਓ ਕਿੱਥੇ ਆ, 10,000 ਦਿਖਾਓ, ਉੱਥੇ ਤਾਂ 200-250 ਬੰਦਾ ਵੀ ਨਹੀਂ ਸੀਗਾ। ਇਹ ਬੜੀ ਹੀ ਬੜੀ ਡੂੰਘੀ ਸੋਚ ਰੱਖਣ ਵਾਲੀ ਗੱਲ ਆ ਕਿ ਸੋਚੋਗੇ ਇਸ ਪਾਸੇ ਨੂੰ, ਬਹੁਤ ਵੱਡਾ ਜਿਹੜਾ ਨੁਕਸਾਨ ਕਰਾਇਆ ਉਹ ਕਮਿਊਨਿਟੀ ਨੇ ਹੀ ਕਰਾਇਆ, ਉਹ ਜਾਂ ਜਿਨ੍ਹਾਂ ਨੇ ਪ੍ਰੋਗਰਾਮ ਲਿਖਿਆ ਹੋਇਆ ਸੀ, 10 ਵੀ ਉਹਨਾਂ ਦੇ ਨਾਲ ਸੀ, ਇਹ ਕੋਈ ਸ਼ੱਕ ਨਹੀਂ, ਜਿੰਨਾ ਆਪਾਂ ਰੌਲਾ ਪਾ ਸਕਦੇ ਜ਼ਰੂਰ ਪਾਇਆ, ਲੇਕਿਨ ਇਹ ਜਿਹੜੇ ਪਬਲਿਕ ਦੇ ਵਿਊ ਨੇ, ਇਹ ਜ਼ਰੂਰ ਮੈਂ ਕਿਤੇ ਨਾ ਕਿਤੇ ਲੈ ਕੇ ਆਊਂਗਾ ਮੋਰੇ ਕਿ ਕੀ ਹੋਇਆ ਉੱਥੇ, ਕਿ ਉੱਥੇ ਆਉਣ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖੀਏ ਤਾਂ ਇਸ ਤਰ੍ਹਾਂ ਨਾ ਹੋਵੇ, ਹਰ ਇੱਕ ਬੰਦੇ ਦਾ ਵਿਊ ਜਿਹੜਾ ਹੈ ਉਹ ਜਾਣਿਆ ਜਾਵੇ ਵੀ ਕਿ ਉੱਥੇ ਕੀ ਗਲਤੀ ਕੀ ਕੀਤੀ, ਜਾਂ ਜਿਹੜੇ ਬੰਦੇ ਮੋਹਰੇ ਜੁੜੇ ਹੋਏ ਸੀ ਉਹਨਾਂ ਨੇ ਗਲਤੀ ਕੀਤੀ, ਜਾਂ ਕਿਹਨੇ ਗਲਤੀ ਕੀਤੀ, ਕੀ ਹੋਇਆ। ਇਹ ਗੱਲਾਂ ਦਾ ਸਿਲਸਿਲਾ ਜਿਹੜਾ ਨਹੀਂ ਮੁੱਕ ਸਕਦਾ, ਜਿਹੜੀਆਂ ਕੁਛ ਦੱਸਦੀਆਂ ਪਰਸਨਲ ਓਪੀਨੀਅਨ ਨੇ, ਲੇਕਿਨ ਉਹਦੇ ਨਾਲ ਅੱਜ ਆਪਾਂ ਕੋਰਨਰ ਜੋੜਾਂਗੇ ਇੱਕ, ਫਿਰ ਉਸ ਤੋਂ ਬਾਅਦ ਆਪਣੇ ਨਾਲ ਗੈਸਟ ਵੀ ਜੋੜਨਗੇ, ਜਿਹੜੀ ਗੱਲਾਂ ਇਹੀ ਨੇ ਜਿਹੜੀਆਂ ਆਪਾਂ ਪੁੱਛਾਂਗੇ ਕਿ ਇਹੀ ਚੀਜ਼ਾਂ ਕਰਕੇ ਜੇ ਆਪਾਂ ਕਹੀਏ ਕਿ ਜੋ ਕਿਸਾਨੀ ਮੋਰਚਾ ਹੈ ਉਹਨੂੰ ਵੀ ਜਿਹੜਾ ਸਿਰੇ ਨਾ ਚੜ੍ਹਨ ਦੀ ਇਹੀ ਥੋੜ੍ਹੀਆਂ ਕਮੀਆਂ ਨੇ ਕਿ ਅਸੀਂ ਇੱਕ ਦੂਜੇ ਦੇ ਨਾਲ ਨਹੀਂ ਜੁੜਦੇ। ਜੇ ਇੱਕ ਬੰਦਾ ਕਹਿੰਦਾ ਤਾਂ ਅਸੀਂ ਉਹਦੀ ਕੋਈ ਸਪੋਰਟ ਨਹੀਂ ਕਰਦੇ, ਚਾਹੇ ਉਹ ਪੋਲੀਟੀਕਲ ਹੋਵੇ, ਚਾਹੇ ਉਹ ਗੁਰੂ ਘਰ ਹੋਵੇ ਜਾਂ ਮੰਦਰ ਹੋਵੇ। ਸਾਨੂੰ ਜਿੰਨੇ ਇੰਡੀਆ ਤੋਂ ਲੋਕ ਅਸੀਂ ਆਏ ਹੋਏ ਹਾਂ, ਸਾਨੂੰ ਇਹ ਮਾੜੀਆਂ ਆਦਤਾਂ ਨੇ ਕਿ ਅਸੀਂ ਇੱਕ ਇੰਡੀਅਨ ਨੂੰ ਸਪੋਰਟ ਨਹੀਂ ਕਰਦੇ। ਇਹ ਬੜੀ ਹੀ ਗੱਲ ਵੱਡੀ ਹੈ ਜਿਹੜੀ ਮੈਂ ਜਸ ਟੀਵੀ ਦੇ ਦੌਰਾਨ ਪੂਰੇ ਵਰਲਡ ਵਿੱਚ ਜਾਂਦੀ ਹੋਏਗੀ, ਜਾਂਦੀ ਕਿ ਜਾਂਦੀ ਹੈ ਜੀ, ਜੋ ਵੀ ਜਿਹੜਾ ਵੀ ਕੋਈ ਇਸ ਵੇਲੇ ਸੁਣ ਰਿਹਾ ਉਹ ਜ਼ਰੂਰ ਇਸ ਗੱਲ ਨੂੰ ਸੋਚੇ ਕਿ ਅਸੀਂ ਜੇ ਇੱਕ ਦੂਸਰੇ ਦੇ ਨਾਲ ਨਹੀਂ ਖੜੇ ਹੋਵਾਂਗੇ ਜਾਂ ਸਹਾਰਾ ਨਹੀਂ ਬਣਾਂਗੇ, ਤਾਂ ਆਉਣ ਵਾਲਾ ਸਮਾਂ ਜਿਹੜਾ ਹੈ ਸਾਡੇ ਲਈ ਬਹੁਤ ਹੀ ਮੁਸ਼ਕਲ ਵਾਲਾ ਆਉਣ ਵਾਲਾ ਹੈ। ਮੁਸ਼ਕਲ ਵਾਲਾ ਇਸ ਤਰ੍ਹਾਂ ਕਿ ਸਾਡੀ ਜਿਹੜੀ ਆ ਹੋਂਦ ਉਹ ਖਤਮ ਹੋ ਜਾਏਗੀ, ਔਰ ਸਾਡੀ ਜਿਹੜੀ ਆਵਾਜ਼ ਆ ਉਹ ਸੁਣੀ ਨਹੀਂ ਜਾਵੇਗੀ, ਔਰ ਸਾਡੇ ਜਿਹੜੇ ਪੋਲੀਟੀਕਲ ਦੇ ਵਿੱਚ ਸਾਡੀ ਕੋਈ ਹੋਂਦ ਨਹੀਂ ਰਹਿ ਜਾਏਗੀ, ਜਾਂ ਜਿਹੜੇ ਬਿਜ਼ਨਸ ਵੀ ਆ ਉਹ ਵੀ ਹੌਲੀ ਹੌਲੀ ਖਤਮ ਹੋ ਜਾਣਗੇ, ਕਿਉਂਕਿ ਅਸੀਂ ਜੇ ਇੱਕ ਦੂਸਰੇ ਦਾ ਸਹਾਰਾ ਨਹੀਂ ਬਣਾਂਗੇ। ਜਿੰਨੇ ਹੋਰ ਬਾਕੀ ਕਮਿਊਨਿਟੀ ਦੇ ਲੋਕ ਨੇ ਉਹ ਇੱਕ ਦੂਸਰੇ ਨੂੰ ਫੁੱਲ ਸਪੋਰਟ ਕਰਦੇ ਨੇ, ਸਪੈਸ਼ਲੀ ਜਦੋਂ ਅਸੀਂ ਇੰਡੀਅਨ ਲੋਕਾਂ ਦੀ ਗੱਲ ਆਉਂਦੀ ਹੈ, ਚਾਹੇ ਉਹ ਪੰਜਾਬੀ ਹੋਵੇ, ਚਾਹੇ ਹਿੰਦੀ ਬੋਲੇ, ਚਾਹੇ ਬੰਗਾਲੀ ਬੋਲੇ, ਜਿਹੜੇ ਲੋਕ ਏਸ਼ੀਆ ਇੰਡੀਆ ਤੋਂ ਆਏ ਨੇ ਉਹਨਾਂ ਦੇ ਨਾਲ ਇਹ ਬੜੀ ਵੱਡੀ ਦੇਖਣ ਨੂੰ ਗੱਲ ਮਿਲਦੀ ਕਿ ਉਹ ਇੱਕ ਦੂਸਰੇ ਦੇ ਨਾਲ ਨਹੀਂ ਖਲੋਂਦੇ, ਔਰ ਇੱਕ ਦੂਸਰੇ ਦੀ ਸਪੋਰਟ ਤਾਂ ਕੀ ਕਰਨੀ, ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਲੱਗ ਪਿੱਛੇ ਲੱਗੇ ਹੋਏ ਨੇ। ਕਿ ਜੇ ਗੱਲ ਕਰੀਏ ਕਿ ਕਿਸੇ ਦੀ ਇੱਕ ਸਾਡਾ ਕੋਈ ਮੇਅਰ ਹੋ ਜਾਵੇ ਜਾਂ ਸਾਡਾ MLA ਆ ਜਾਵੇ, ਉਹ ਅਸੀਂ ਉਹਨੂੰ ਇਹ 'ਤੇ ਲੱਗੇ ਹੋਏ ਹਾਂ ਕਿ ਕ੍ਰਿਟੀਸਾਈਜ਼ ਕਰਨਾ, ਔਰ ਦੂਸਰਾ ਅਸੀਂ ਇਹ ਦੇਖਣਾ ਕਿ ਇਹਨੂੰ ਪਿੱਛੇ ਕਿੱਦਾਂ ਖਿੱਚ ਸਕੀਏ। ਉਹਦਾ ਬਜਾਏ ਸਾਨੂੰ ਹੌਸਲਾ ਕਰਨਾ ਅਤੇ ਹੌਸਲਾ ਦੇਣਾ ਚਾਹੀਦਾ ਉਸ ਇਨਸਾਨ ਨੂੰ ਕਿ ਕੋਈ ਨਹੀਂ ਤੂੰ ਮੋਹਰੇ ਵੱਧ, ਆਪਾਂ ਤੇਰੇ ਨਾਲ ਹਾਂ, ਲੇਕਿਨ ਅਸੀਂ ਇਹ ਕਰ ਨਹੀਂ ਸਕਦੇ। ਇਹ ਜਿਹੜੀਆਂ ਗੱਲਾਂ ਬੜੇ ਡੂੰਘੇ ਪੱਧਰ 'ਤੇ ਆ, ਕਿਤੇ ਆਪਾਂ ਇਹਦੀ ਸੋਚ ਰਿਹਾ ਦੱਸ ਕੇ ਇੱਕ ਡਿਬੇਟ ਕੀਤੀ ਜਾਵੇ ਇਸ ਗੱਲ 'ਤੇ ਕਿ ਇਹ ਸਾਰਾ ਕੁਛ ਕਿਉਂ ਹੋਇਆ, ਜਾਂ ਜਿਹੜੀ ਹੇਟ ਆ ਉਹ ਸਾਡੇ ਵਿੱਚ ਤਾਂ ਪਹਿਲਾਂ ਹੀ ਜ਼ਿਆਦਾ ਮੈਨੂੰ ਲੱਗਦਾ, ਕਿਉਂਕਿ ਇੱਕ ਦੂਸਰੇ ਨੂੰ ਅਸੀਂ ਇੰਨੀ ਹੇਟ ਕਰਦੇ ਹਾਂ ਕਿ ਜੇ ਇੱਕ ਨੇ ਪ੍ਰੋਗਰਾਮ ਰੱਖਿਆ ਤਾਂ ਉੱਥੇ ਜਾਣਾ ਨਹੀਂ, ਜਾਂ ਜਾਣਾ ਆ ਤਾਂ ਉੱਥੇ ਜਾ ਕੇ ਖਰਾਬ ਕਰਨਾ। ਇਹ ਬੜੀਆਂ ਜਿਹੜੀਆਂ ਗੱਲਾਂ ਕਈ ਵਾਰੀ ਮਨ ਨੂੰ ਦੁਖੀ ਹੁੰਦਾ ਕਿ ਅਸੀਂ ਇਸ ਕੰਟਰੀ 'ਚ ਆ ਕੇ ਵੀ ਪੜ੍ਹ ਲਿਖ ਕੇ ਵੀ ਇੰਨਾ ਅਪਗ੍ਰੇਡ ਹੋ ਕੇ ਵੀ ਹਾਲੇ ਸੋਚ ਉੱਥੇ ਦੀ ਉੱਥੇ ਖੜੀ ਆ ਕਿ ਫਲਾਣੇ ਨੂੰ ਮੋਹਰੇ ਨਹੀਂ ਲੱਗਣ ਦੇਣਾ, ਕਿ ਫਲਾਣੇ ਦਾ ਪ੍ਰੋਗਰਾਮ ਆਪਾਂ ਉੱਥੇ ਨਹੀਂ ਜਾਣਾ, ਜਾਂ ਉੱਥੇ 4 ਬੰਦੇ ਜਿਹੜੇ ਰੁਕ ਗਏ। ਇਸੇ ਤਰ੍ਹਾਂ ਜਿਹੜੀ ਸਿਲਸਿਲਾ ਉਹ ਗੱਲਾਂ ਦਾ ਚੱਲਦਾ ਰਹੂਗਾ। ਇੱਕ ਛੋਟੀ ਜਿਹੀ ਬ੍ਰੇਕ ਦਿਓ, ਇੱਕ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੈਸਟ ਵੀ ਜੋੜਦੇ ਹਾਂ ਅਤੇ ਕਰਦੇ ਹਾਂ ਗੱਲਬਾਤ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਧੰਨਵਾਦ। ਜੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ 'ਤੇ। ਸਾਰੇ ਦਰਸ਼ਕਾਂ ਨੂੰ ਫਿਰ ਨਿੱਘੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਤੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀ ਕਮਿਊਨਿਟੀ ਦੀ, ਸਾਡੇ ਨਾਲ ਅੱਜ ਆਪਾਂ ਪਹਿਲਾਂ ਵੈਲਕਮ ਕਰਦੇ ਹਾਂ ਗੁਰਿੰਦਰ ਸਿੰਘ ਜੀ ਖਾਲਸਾ, ਜਿਹੜੇ ਹਮੇਸ਼ਾ ਜੁੜਦੇ ਨੇ ਸਾਡੇ ਨਾਲ, ਅੱਜ ਵੀ ਜੁੜੇ ਹੋਏ ਨੇ ਉਹਨਾਂ ਤੋਂ। ਖਾਲਸਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ। ਵਾਹ ਖਾਲਸਾ ਵਾਹਿਗੁਰੂ ਹਾਂਜੀ, ਜੀ, ਫਤਿਹ ਜੀ। ਤੁਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਾਰੇ ਪ੍ਰੋਗਰਾਮ ਕਰਦੇ ਹੋ। ਜਦੋਂ ਦਾ ਇੱਥੇ ਦਾ ਕਮਿਊਨਿਟੀ ਦਾ ਪ੍ਰੋਗਰਾਮ ਤੁਸੀਂ ਸ਼ੁਰੂ ਕੀਤਾ, ਇਹ ਬਹੁਤ ਹੀ ਚੰਗਾ ਹੈਗਾ ਕਿ ਕਿਉਂਕਿ ਲੋਕਲ ਲੈਵਲ ਦੇ ਉੱਤੇ ਖਾਸ ਕਰਕੇ ਇੰਡੀਆਨਾ ਦੇ ਵਿੱਚ ਜਿੰਨੀ ਤੇਜ਼ੀ ਦੇ ਨਾਲ ਆਪਣੀ ਕਮਿਊਨਿਟੀ ਵੱਧ ਰਹੀ ਹੈ, ਇੱਥੇ ਜਿਹੜਾ ਤੁਹਾਡਾ ਜਿਹੜਾ ਡਿਸੀਜਨ ਹੈ ਜਸ ਪੰਜਾਬੀ ਦਾ ਇੱਥੇ ਉਹ ਪ੍ਰੋਗਰਾਮ ਉਹ ਲੀਕਣ ਦਾ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਜੀ ਖਾਲਸਾ ਜੀ, ਜਿਹੜੀ ਆਪਾਂ ਗੱਲ ਕਰਦੇ ਪਏ ਸੀ ਕਿ ਜੋ ਪ੍ਰੋਗਰਾਮ ਦੇਖਣ ਨੂੰ ਮਿਲਿਆ, ਮੈਂ ਤੁਹਾਡੇ ਬਾਰੇ ਤੁਹਾਡੇ ਤੋਂ ਇਹ ਕੁਐਸਚਨ ਪੁੱਛੂੰਗਾ ਕਿ ਤੁਹਾਨੂੰ ਕੀ ਲੱਗਦਾ ਕੀ ਹੋਇਆ ਜਾਂ ਕੀ ਗਲਤ ਸੀ?
ਗਲਤੀਆਂ ਤਾਂ ਹੁਣ ਅਸੀਂ ਤਾਂ ਨਹੀਂ ਕਿਸੇ ਗਲਤੀ ਨੂੰ ਉਜਾਗਰ ਕਰ ਸਕਦੇ, ਕਿਉਂਕਿ ਕੋਈ ਵੀ ਜਦੋਂ ਕੰਮ ਐਡੇ ਵੱਡੇ ਲੈਵਲ ਦੇ ਉੱਤੇ ਜਦੋਂ ਲਿਖਣਾ ਪੈਂਦਾ ਨਾ, ਉਦੋਂ ਕਈ ਵਾਰੀ ਬੰਦੇ ਨੂੰ ਕਈ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਇੱਕ ਤਾਂ ਹੈਗਾ ਕਿ ਜਿੰਨਾ ਮਰਜ਼ੀ ਵੱਡਾ ਤੁਸੀਂ ਪ੍ਰੋਗਰਾਮ ਲਿਖ ਲਓ, ਜਿੰਨੇ ਵੱਡੇ ਮਰਜ਼ੀ ਤੁਸੀਂ ਬੁਲਾਰੇ ਲੈ ਆਓ, ਪਰ ਜਿੰਨਾ ਚਿਰ ਤੱਕ ਪਬਲਿਕ ਦੇ ਸੈਂਟੀਮੈਂਟਸ ਦੇ ਨਾਲ ਤੁਸੀਂ ਨਹੀਂ ਜੁੜਦੇ, ਪਬਲਿਕਸ ਦੇ ਤੁਸੀਂ ਜਿਹੜੀ ਉਹਨਾਂ ਦੀ ਫੀਲਿੰਗਸ ਨੇ, ਉਹਨਾਂ ਦੇ ਇਮੋਸ਼ਨਸ ਨੇ, ਉਹਨਾਂ ਨੂੰ ਨਾਲ ਨਹੀਂ ਲੈਂਦੇ, ਤਾਂ ਉਹਦੇ ਨਾਲ ਤੁਹਾਡਾ ਜਿਹੜਾ ਏਡੇ ਵੱਡੇ ਪ੍ਰੋਗਰਾਮ ਲਿਖ ਕੇ ਵੀ ਜਿਹੜੇ ਨੇ ਉਹ ਬੇਮੈਨੇ ਹੋ ਜਾਂਦੇ ਨੇ। ਉਹਦੇ 'ਚ ਇਹ ਹੈਗਾ ਕਿ ਦੇਖੋ ਗਲਤੀਆਂ ਕਈ ਹੋ ਸਕਦੀਆਂ ਨੇ, ਕਿਉਂਕਿ ਇੱਕਦਮ ਇੱਕ ਤਾਂ ਇੱਕ ਸ਼ੋਰਟ ਸੀਗਾ ਪ੍ਰੋਗਰਾਮ, ਇੱਕ ਉਸੇ ਦਿਨ ਹੀ ਉੱਥੇ ਦੂਜਾ ਇੱਕ ਹੋਰ ਫਿਊਨਰਲ ਸੀਗਾ, ਉਹ ਕਲੈਸ਼ ਹੋ ਗਿਆ ਇਸੇ ਸੇਮ ਟਾਈਮ ਦੇ ਨਾਲ। ਦੂਸਰਾ ਇਹ ਹੈ ਕਿ ਜਿਹੜੀ ਵੀ ਮੈਨੇਜਮੈਂਟ ਹੈ, ਮੈਂ ਤਾਂ ਮੇਰੀ ਤਾਂ ਦੇਖੋ ਮੈਂ ਸੱਚੇ ਮਨ ਦੇ ਨਾਲ ਇਹ ਕਹਾਂ ਕਿ ਜਿਹੜੀ ਮੈਨੇਜਮੈਂਟ ਦੇ ਹੱਥ 'ਚ ਪ੍ਰੋਗਰਾਮ ਦਿੱਤਾ, ਉਹ ਮੈਨੇਜਮੈਂਟ ਜਿਹੜੀ ਸੀ ਉਹਦਾ ਇਹ ਸੀਗਾ ਕਿ ਹਾਊ ਵੀ ਕੈਨ ਗੈਟ ਦ ਕ੍ਰੈਡਿਟ ਦਿਸ ਐਂਡ ਦੈਟ, ਜੋ ਵੀ ਇੱਦਾਂ ਕਾਰਵਾਈ ਹੈ। ਮੈਂ ਇੱਥੇ ਨਾ ਤਿੰਨ ਚੀਜ਼ਾਂ ਪੰਜ ਮੈਂ ਕੁਛ ਆਪਣੀ ਮਨ ਦੀ ਫੀਲਿੰਗ ਇੱਥੇ ਤੁਹਾਡੇ ਰੱਖਣਾ ਚਾਹੁੰਦਾ ਵਾਂ। ਜ਼ਰੂਰ ਜ਼ਰੂਰ। ਦੇਖੋ ਕਿਸੇ ਵੀ ਕੌਮ ਨੂੰ ਜਾਂ ਕਿਸੇ ਵੀ ਕਮਿਊਨਿਟੀ ਨੂੰ ਤੁਸੀਂ ਜਦੋਂ ਲੀਡਰਸ਼ਿਪ ਦੇਣੀ ਹੈ ਨਾ, ਉਹਦੇ ਵਾਸਤੇ ਕੁਛ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਉਹਦੇ 'ਚ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈਗੀ ਹੈ ਕਿ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਜਿਹਦੇ ਕੋਲ ਪੈਸਾ ਬਹੁਤ ਜ਼ਿਆਦਾ ਜਾਂ ਜਿਹਦੇ ਕੋਲ ਬਹੁਤ ਜ਼ਿਆਦਾ ਸਿਆਣਪ ਹੈ ਜਾਂ ਬਹੁਤ ਸਿਆਣਾ ਹੈ, ਬਹੁਤ ਸਮਝਦਾਰੀ ਹੈ, ਬਹੁਤ ਚਲਾਕੀ ਹੈ, ਹੋਰੇ ਉਹ ਹੀ ਲੀਡਰਸ਼ਿਪ ਦਿੰਦੇ ਨੇ। ਦੇਖੋ ਜੇ ਗੱਲ ਪੈਸੇ ਦੀ ਹੋਏ ਕਮਿਊਨਿਟੀ ਨੂੰ ਲੀਡਰਸ਼ਿਪ ਦੇਣ ਦੀ, ਬਹੁਤ ਦੁਨੀਆ ਕੋਲ ਆਪਣੇ ਸਿੱਖਾਂ ਕੋਲ ਪਿਛਲੇ 100 ਸਾਲ ਤੋਂ ਸਿੱਖ ਸਰਮਾਏਦਾਰ ਨੇ ਅਮਰੀਕਾ ਦੇ ਵਿੱਚ, ਔਰ ਬਹੁਤ ਵੱਡੇ ਵੱਡੇ ਧਨਾੜ ਨੇ, ਬਹੁਤ ਸਰਮਾਇਆ ਉਹਨਾਂ ਕੋਲ। ਜੇ ਗੱਲ ਪੈਸੇ ਦੀ ਹੁੰਦੀ ਤਾਂ ਹੁਣ ਬਹੁਤ ਸਾਰੇ ਲੀਡਰ ਇਸ ਟਾਈਮ ਲੀਡਰਸ਼ਿਪ ਦਿੰਦੇ ਹੁੰਦੇ। ਦੂਸਰੀ ਗੱਲ ਰਹਿ ਗਈ ਬਹੁਤ ਸਾਰੀ ਸਮਝਦਾਰੀ ਦੀ, ਪੜ੍ਹਾਈ ਲਿਖਾਈ ਦੀ, ਗੱਲਬਾਤ ਦੀ, ਅਤੇ ਜੇ ਅਸੀਂ ਇਹਨੂੰ ਵੇਖੀਏ ਤਾਂ ਆਪਣੇ ਅਮੈਰੀਕਾ ਦੇ ਵਿੱਚ ਹੀ ਬਹੁਤ ਸਾਰੇ ਸਿੱਖ ਬਹੁਤ ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ ਬੜੇ ਅੱਛੇ ਅਹੁਦਿਆਂ ਦੇ ਉੱਤੇ ਪ੍ਰੋਫੈਸਰ ਨੇ, ਥਿੰਕ ਟੈਂਕ ਨੇ, ਐਨਾਲਿਸਟ ਨੇ, ਬੜੇ ਅੱਛੇ ਅੱਛੇ ਬੁੱਧੀਜੀਵੀ ਨੇ। ਇਹ ਜੇ ਦੋਵੇਂ ਗੱਲਾਂ ਦੀ ਜ਼ਰੂਰਤ ਹੁੰਦੀ ਤਾਂ ਇਸ ਪਿਛਲੇ ਅਨਫਾਰਚੁਨੇਟਲੀ ਪਿਛਲੇ 100 ਸਾਲ ਤੋਂ, ਖਾਸ ਕਰਕੇ 1955 ਤੋਂ ਬਾਅਦ, ਦਲੀਪ ਸਿੰਘ ਸੌਣ ਤੋਂ ਬਾਅਦ, ਜਿਹੜੇ ਕਿ ਪਹਿਲੇ ਸਿੱਖ ਕਾਂਗਰਸਮੈਨ ਸਨ, ਉਦੋਂ ਬਾਅਦ ਅਸੀਂ ਇੱਕ ਵੀ ਸਿੱਖ ਲੀਡਰ ਜਿਹੜਾ ਅਮਰੀਕਾ ਦੇ ਵਿੱਚ ਨਹੀਂ ਪੈਦਾ ਕਰ ਸਕੇ, ਸਿੱਖ ਲੀਡਰ ਨਹੀਂ ਬਣਾ ਸਕੇ। ਉਹਦਾ ਕਾਰਨ ਇਹੀ ਰਿਹਾ ਕਿ ਜਿੰਨੇ ਵੀ ਅਸੀਂ ਭਾਲਦੇ ਰਹੇ ਹਾਂ ਪੜ੍ਹੇ ਲਿਖੇ ਲੋਕਾਂ ਤੋਂ ਆਪਣੀ ਲੀਡਰਸ਼ਿਪ, ਅਸੀਂ ਭਾਲਦੇ ਰਹੇ ਹਾਂ ਜਿਹੜੇ ਜਿਹਨਾਂ ਕੋਲ ਸਰਮਾਇਆ ਬਹੁਤ ਹੈ, ਅਸੀਂ ਭਾਲਦੇ ਰਹੇ ਜਿਹਨਾਂ ਕੋਲ ਇੱਧਰ ਉੱਧਰ ਲਿੰਕ ਬਹੁਤ ਨੇ। ਦੇਖੋ ਇਹਦੇ ਨਾਲ ਨਾਲ ਇਹ ਦੋ ਚੀਜ਼ਾਂ ਹੋਣੀਆਂ ਵੀ ਬੜਾ ਅੱਛਾ ਹੈ, ਹੋਣੀਆਂ ਚਾਹੀਦੀਆਂ ਨੇ, ਪਰ ਇਹਦੇ ਨਾਲ ਨਾਲ ਉਹ ਬੰਦਾ ਲੀਡਰਸ਼ਿਪ ਦੇ ਸਕਦਾ ਜਿਹੜਾ ਜਿਹਦੇ ਕੋਲ ਟਾਈਮ ਹੈ, ਔਰ ਜਿਹੜਾ ਜਿਹਦੇ ਕੋਲ ਜ਼ਰੂਰਤ ਹੈ, ਜਿਹਦੇ ਕੋਲ ਜਨੂਨ ਹੈ, ਔਰ ਜਿਹਦੇ ਕੋਲ ਕੌਮ ਵਾਸਤੇ, ਦੇਸ਼ ਵਾਸਤੇ, ਕਮਿਊਨਿਟੀ ਵਾਸਤੇ ਕੁਛ ਕਰਨ ਦੀ ਇੱਕ ਉਮੰਗ ਹੈ। ਠੀਕ ਹੈ, ਔਰ ਇਹ ਜਿਹੜੀਆਂ 5 ਚੀਜ਼ਾਂ ਨੇ ਉਹ ਬੜੀਆਂ ਰੇਅਰ ਇਕੱਠੀਆਂ ਹੁੰਦੀਆਂ ਨੇ। ਜਦੋਂ ਵੀ ਅਸੀਂ ਕਮਿਊਨਿਟੀ 'ਚ ਅੱਗੇ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰੀ ਸੋਚਦੇ ਹਾਂ ਕਿ ਅਸੀਂ ਵੀ ਦੂਸਰਾ ਬੰਦੇ ਨੂੰ ਠਿੱਬੀ ਲਾਉਣੀ ਹੈ ਜਾਂ ਦੂਜੇ ਬੰਦੇ ਨੂੰ ਦੀਆਂ ਲੱਤਾਂ ਖਿੱਚਣੀਆਂ ਨੇ, ਅਸੀਂ ਦੱਸਣਾ ਕਿ ਅਸੀਂ ਕੀ ਕਰ ਸਕਦੇ ਹਾਂ। ਦੂਸਰਾ ਇਹ ਹੁੰਦਾ ਕਿ ਕਈ ਵਾਰੀ ਜਿਹੜਾ ਅਸੀਂ ਜਦੋਂ ਇਹੋ ਜਿਹੇ ਜਦੋਂ ਸਾਡੇ ਕੋਲ ਦੁਵੇਸ਼ ਦਾ ਸਾਡੇ ਕੋਲ ਐਵੇਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ, ਔਰ ਉਹੋ ਜਿਹੀ ਭਾਵਨਾ ਦੇ ਨਾਲ ਵੀ ਅਸੀਂ ਕਿਸੇ ਨੂੰ ਕਰਕੇ ਦਿਖਾਉਣਾ, ਔਰ ਉਹਦੇ ਨਾਲ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਕੀ ਭਾਲ ਰਹੀ ਹੈ, ਉਹ ਕੀ ਚਾਹ ਰਹੀ ਹੈ। ਅਸੀਂ ਉਹਨਾਂ ਤੋਂ ਜਦੋਂ ਅਸੀਂ ਕਨੈਕਟ ਨਹੀਂ ਰਹਿੰਦੇ, ਭਾਵੇਂ ਤੁਸੀਂ ਜੋ ਮਰਜ਼ੀ ਕਰ ਲਓ, ਉਹ ਸਾਰਾ ਬੇਮੈਨੇ ਹੋ ਜਾਂਦਾ ਮੇਰੇ ਹਿਸਾਬ ਨਾਲ। ਇੱਥੇ ਜਿਹੜਾ ਇਹ ਜਿਹੜਾ ਪ੍ਰੋਗਰਾਮ ਇੱਥੇ ਬੜੀ ਮੰਦਭਾਗੀ ਗੱਲ ਹੈ ਕਿ ਐਡੀ ਵੱਡੀ ਟ੍ਰੈਜਡੀ ਹੋਈ, ਔਰ ਉਸ ਟ੍ਰੈਜਡੀ ਤੋਂ ਜਦੋਂ ਦਾਸ ਉੱਥੇ ਪਹੁੰਚਿਆ, ਮੈਂ ਉੱਥੇ ਜਿੱਦਣ ਇਹ ਫਰਾਈਡੇ ਨੂੰ ਸਵੇਰੇ ਪਹੁੰਚੇ, ਉੱਥੇ ਕੁਛ ਸੱਜਣ ਪਹੁੰਚੇ ਹੋਏ ਸੀ, ਉਹਨਾਂ ਨੇ ਗੱਲ ਕਹੀ ਜੇ ਬਈ ਆਪਾਂ ਨਾ ਸ਼ਨੀਵਾਰ ਨੂੰ ਸਵੇਰੇ 11 ਵਜੇ ਮਿਲ ਕੇ ਅਤੇ ਇਹਦਾ ਸਾਰਾ ਪ੍ਰੋਗਰਾਮ ਲਿਖਦੇ ਹਾਂ ਵੀ ਕਿਸ ਤਰ੍ਹਾਂ ਇਸ ਚੀਜ਼ ਨੂੰ, ਇਸ ਟ੍ਰੈਜਡੀ ਨੂੰ ਹੈਂਡਲ ਕਰਨਾ, ਕਿਉਂਕਿ ਪੂਰੀ ਦੁਨੀਆ ਪੂਰਾ ਵਰਲਡ ਇਹਨੂੰ ਵਾਚ ਕਰ ਰਿਹਾ ਔਰ ਵਾਚ ਕਰੇਗਾ। ਉਸ ਟਾਈਮ ਦੇਖੋ ਕਮਿਊਨਿਟੀ ਦੀ ਇਹ ਕਮਿਊਨਿਟੀ ਤੁਹਾਨੂੰ ਅੱਗੇ ਹੀ ਪਤਾ ਹੈ ਕਿ ਇੰਡੀਅਨਐਪਲਿਸ ਦੇ ਵਿੱਚ ਕਮਿਊਨਿਟੀ ਬਹੁਤ ਵੰਡੀ ਹੋਈ ਹੈ, ਮਤਲਬ ਕਿ ਵੰਡੀ ਵੀ ਬੇਮਿਹਨਤ ਹੀ ਹੈ ਬਈ ਦੇਖੋ ਉਹ ਇਸ ਕਰਕੇ ਵੰਡੀ ਜ਼ਿਆਦਾ ਇੱਥੇ। ਕੁਛ ਲੋਕ ਕਹਿੰਦੇ ਨੇ ਜੀ ਅਸੀਂ ਖਾਲਿਸਤਾਨ ਚਾਹੀਦਾ, ਕੁਛ ਲੋਕ ਕਹਿੰਦੇ ਨੇ ਜੀ ਅਸੀਂ ਮੋਡਰੇਟ ਹਾਂ, ਸਾਨੂੰ ਜਿਹਨੂੰ ਵੀ ਖਾਲਿਸਤਾਨ ਚਾਹੀਦਾ
ਉਹ ਆਪਣਾ ਇੰਡੀਆ ਜਾਓ ਜਾਂ ਜੋ ਮਰਜ਼ੀ ਕਰੋ। ਅਸੀਂ ਆਪਣੇ ਮੰਨ ਲਓ ਇੱਕ ਬੰਦਾ ਜਿਹੜਾ ਉਹਦਾ ਉਹ ਮੋਡਰੇਟ ਹੈ, ਉਹ ਕਹਿੰਦਾ ਵੀ ਮੈਂ ਅਮਰੀਕਾ ਆਇਆ, ਮੈਂ ਆਪਣੀ ਸ਼ਾਂਤੀ ਵਾਸਤੇ ਆਇਆ, ਮੈਂ ਇੱਥੇ ਆਪਣੀ ਕਮਿਊਨਿਟੀ ਜਿਹੜੀ ਹੈ ਉਹਦੀ ਅਗਾਂਹ ਗੱਲ ਕਰਨੀ ਹੈ, ਜਿਹੜੇ ਸਾਡੇ ਬੱਚੇ ਨੇ ਉਹਦੀ ਅਗਾਂਹ ਗੱਲ ਕਰਨੀ ਹੈ। ਦੂਸਰਾ ਪੱਖ ਇਹ ਹੈ ਕਿ ਜਿਹੜੇ ਜਿਹੜਾ ਦਾ ਇਹ ਸੋਚ ਹੈ ਕਿ ਨਹੀਂ ਯਾਰ ਸਾਨੂੰ 1984 ਤੋਂ ਇੰਡੀਆ ਦੇ ਵਿੱਚ ਸਾਡਾ ਜੈਨੋਸਾਈਡ ਹੋਇਆ ਔਰ ਸਾਨੂੰ ਉੱਥੇ ਗੌਰਮੈਂਟ ਨੇ ਸਾਡੇ ਨਾਲ ਜਾਤੀ ਕੀਤੀ ਹੈ ਔਰ ਹਮੇਸ਼ਾ ਹੀ ਉਹਦਾ ਰੌਲਾ ਪਾਉਣਾ। ਮੈਂ ਇੱਥੇ ਇਹ ਹੁੰਦਾ ਕਿ ਠੀਕ ਹੈ ਸਾਨੂੰ ਇੰਟਰਨੈਸ਼ਨਲ ਸਟੇਜ ਦੇ ਉੱਤੇ ਜਿੱਥੇ ਵੀ ਮੌਕਾ ਮਿਲਦਾ ਸਿੱਖ ਜੈਨੋਸਾਈਡ ਦੀ ਗੱਲ ਕਰਨੀ ਚਾਹੀਦੀ ਹੈ, ਪਰ ਉਹਦੇ ਨਾਲ ਨਾਲ ਸਾਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਖਾਸ ਕਰਕੇ ਆਪਣੀ ਵੈਲਿਊ ਕ੍ਰੀਏਟ ਕਰੇ, ਅਸੀਂ ਆਪਣੀ ਸਟਰੈਂਥ ਦਿਖਾਈਏ ਅਮਰੀਕਨ ਪੋਲੀਟਿਕਸ ਦੇ ਵਿੱਚ, ਅਸੀਂ ਆਪਣੀ ਵੈਲਿਊ ਕ੍ਰੀਏਟ ਕਰੀਏ ਕਿ ਅਸੀਂ ਇੱਕ ਸਾਡੀ ਫਾਈਨੈਂਸ਼ੀਅਲ ਫਿਜ਼ੀਕਲ ਅਤੇ ਜਿਹੜੀ ਸਾਡੀ ਇੰਟਲੈਕਚੁਅਲ ਲੈਵਲ ਜਿਹੜੀ ਸਟਰੈਂਥ ਹੈ ਵੀ ਕੁਡ ਹੈਵ ਇਟ ਸੀਟ ਔਨ ਦਾ ਟੇਬਲ, ਅਸੀਂ ਉਸ ਉੱਤੇ ਕੰਮ ਕਰਨ ਦੀ ਬਜਾਏ ਅਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਮਜ਼ਲੂਮ ਅਤੇ ਬੇਸਹਾਰਾ ਅਤੇ ਇਹੀ ਦੱਸ ਰਹੇ ਹਾਂ ਕਿ ਸਾਨੂੰ ਛਿੱਤਰ ਪੈ ਰਹੇ ਨੇ ਔਰ ਪੈਂਦੇ ਜਾ ਰਹੇ ਨੇ ਅਤੇ ਹੋਰ ਕੀ ਕਰ ਸਕਦੇ ਹਾਂ ਅਤੇ ਯੇ ਅਤੇ ਵੋ, ਜਦਕਿ 100 ਸਾਲ ਹੋ ਗਿਆ ਹੁਣ, 35 ਸਾਲ ਤਾਂ ਸਿੱਖ ਜੈਨੋਸਾਈਡ ਨੂੰ 84 ਦਾ ਜਿਹੜਾ ਕਤਲਿਆਮ ਆਇਆ 35, 36, 38 ਸਾਲ ਤਾਂ ਉਸ ਚੀਜ਼ ਨੂੰ ਹੋ ਗਏ ਨੇ। ਸਾਨੂੰ ਇੱਥੇ ਜੇ ਅਸੀਂ ਇੱਥੇ ਪੋਲੀਟੀਕਲੀ ਸਾਡੀ ਮੰਦਭਾਗੀ ਗੱਲ ਇਹ ਹੈਗੀ ਹੈ ਕਿ 84 ਤੋਂ ਬਾਅਦ ਸਾਨੂੰ ਇੱਥੇ ਪੋਲੀਟੀਕਲੀ ਸਟਰੋਂਗ ਹੋਣਾ ਚਾਹੀਦਾ ਸੀਗਾ। ਜੇ ਅਸੀਂ ਪੋਲੀਟੀਕਲੀ ਸਟਰੋਂਗ ਹੁੰਦੇ ਸਾਨੂੰ ਸਾਨੂੰ ਅੱਜ ਜੋ ਕੈਨੇਡਾ ਦੇ ਵਿੱਚ ਸਿੱਖ ਜ਼ਰੂਰਤ ਦੇ ਵਿੱਚ ਹੈ, ਜੋ ਕੈਨੇਡਾ ਦੇ ਵਿੱਚ ਪਾਵਰਫੁੱਲ ਹੈ, ਉਹ ਇੱਥੇ ਹੋ ਸਕਦੇ ਸੀ, ਪਰ ਅਸੀਂ ਇੱਥੇ ਆਪਣੇ ਆਪ ਨੂੰ ਮਜ਼ਲੂਮ ਹੀ ਦੱਸੀ ਗਏ ਹਾਂ ਔਰ ਵੰਡੇ ਰਹੇ ਹਾਂ ਔਰ ਦੂਸਰੇ ਬੰਦੇ ਨੂੰ ਬੇਮੈਨੇ ਬਿਨਾਂ ਕਿਸੇ ਗੱਲਬਾਤ ਤੋਂ ਅਸੀਂ ਅਫਵਾਹਾਂ ਡਾਨੇ ਹਾਂ ਵੀ ਫਲਾਣਾ ਤਾਂ ਏਜੰਸੀਆਂ ਦਾ ਬੰਦਾ ਹੈ ਜੀ, ਫਲਾਣਾ ਆਰਐਸ ਦਾ ਜੀ, ਫਲਾਣਾ ਟਮਕਾਣਾ ਜੀ। ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਰੋਜ਼ ਅਰਦਾਸ ਕਰਦੇ ਹਾਂ ਵੀ ਜੇ ਮਤਲਬ ਕਿ ਦੇਖ ਕੇ ਵੀ ਅੰਡਿਸ ਕਰੋ ਔਰ ਤੁਸੀਂ ਬਿਨਾਂ ਵੇਖੇ ਵੀ ਲੋਕਾਂ ਦੀਆਂ ਅਫਵਾਹਾਂ ਉਡਾਉਂਦੇ ਹੋ। ਤੋ ਇਸ ਕਰਕੇ ਸਾਨੂੰ ਜਿਹੜਾ ਕੋਈ ਵੀ ਲੀਡਰ ਹੈ, ਮੈਂ ਤਾਂ ਇਹ ਚਾਹੁੰਦਾ ਵਾਂ ਕਿ ਲੀਡਰ ਜਾਂ ਕੋਈ ਵੀ ਜਿਹੜੀ ਕਮਿਊਨਿਟੀ ਦੇ ਜਿਹੜੇ ਲੀਡਰ ਨੇ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਪਬਲਿਕ ਕਹੇ ਵੀ ਹਾਂ ਆਹ ਸਹੀ ਬੰਦੇ ਨੇ, ਉਹਨਾਂ ਦੇ ਦਿਲ ਜਿੱਤੋ। ਲੀਡਰ ਕੋਈ ਆਪਣਾ ਪੈਸੇ ਨਾਲ ਜਾਂ ਇੱਦਾਂ ਨਹੀਂ ਬਣਦਾ, ਲੀਡਰ ਤਾਂ ਜਿਹਨੂੰ ਜਿਹਦੇ ਨਾਲ ਪਬਲਿਕ ਦੀ ਭਾਵਨਾ ਜੁੜੀ ਹੈ ਉਹ ਲੀਡਰ ਹੈ। ਔਰ ਉਵੇਂ ਦੇ ਦੇਖੋ ਹੁਣ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਜਿਹੜੇ ਵੀ ਉਹ ਸੱਜਣ ਸੀਗੇ ਚਾਹੇ ਪੂਰੇ ਇੰਡੀਆਨਾਪੋਲਿਸ ਦੇ ਵਿੱਚ ਜਿਹੜੇ ਬੰਦਿਆਂ ਦੀ ਕਨੈਕਟੀਵਿਟੀ ਸੀਗੀ, ਜਿਹੜੇ ਵੈਲ ਨੋਨ ਸੀਗੇ, ਜਿਹੜੇ ਕਨੈਕਟਿਡ ਸੀ ਕਮਿਊਨਿਟੀ 'ਚ, ਉਹਨਾਂ ਨੂੰ ਦਰਕਰਾਰ ਕਰਕੇ ਆਪਣੀ ਮਤਲਬ ਚੌਧਰਾਂ ਚਮਕਾਉਣ ਵਾਸਤੇ, ਆਪਣੀ ਬੱਲੇ ਬੱਲੇ ਕਰਾਉਣ ਵਾਸਤੇ ਉਹਨਾਂ ਨੇ, ਇੰਨਾ ਦੁੱਖ ਦੀ ਗੱਲ ਹੈ ਕਿ ਜਿਹੜੇ 4 ਫੈਮਲੀਆਂ ਜਿਹੜੀਆਂ ਵਿਕਟਮ ਸੀਗੀਆਂ ਉਹਨਾਂ ਦੇ ਨਾਲ ਵੀ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਕੋਆਰਡੀਨੇਟ ਨਹੀਂ ਕੀਤਾ। ਕਿੰਨੀ ਦੁੱਖ ਦੀ ਗੱਲ ਹੈ ਕਿ ਉੱਥੇ ਉਹ ਮਤਲਬ ਕਿ ਤੁਸੀਂ ਜਿਵੇਂ ਦੱਸਿਆ ਕਿ ਹੋਰ ਲੋਕਾਂ ਨੇ ਤਾਂ ਕੀ ਪਹੁੰਚਣਾ ਸੀਗਾ, ਜਿਹੜੀ ਕਮਿਊਨਿਟੀ ਦੇ ਜਿਹੜੀਆਂ ਵਿਚਾਰਿਆਂ ਦੇ ਉਹ ਤਾਂ ਅਜੇ ਆਪਣਾ ਸੰਸਕਾਰ ਕਰਦੇ ਪਏ ਨੇ, ਉੱਥੇ ਫਿਊਨਰਲ ਹੁੰਦਾ ਪਿਆ, ਦੂਜੇ ਪਾਸੇ ਤੁਸੀਂ ਐਵੇਂ ਦੇ ਮਤਲਬ ਕਿ ਕਲੈਸ਼ਿੰਗ ਜਿਹੜਾ ਟਾਈਮਿੰਗ ਹੈ ਉਹ ਕਰ ਦਿੰਦੇ ਹੋ, ਉਹ ਅੱਗੇ ਪਿੱਛੇ ਹੋ ਸਕਦਾ ਸੀਗਾ ਪਰ ਨਹੀਂ ਹੋ ਸਕਿਆ ਜੀ। ਦੂਜਾ ਆਪਾਂ ਗੱਲ ਥੋੜ੍ਹੀ ਲੰਬੀ ਹੋ ਜਾਣੀ ਹੈ, ਲੇਕਿਨ ਜਦੋਂ ਆਪਾਂ ਇੱਕ ਗੱਲ ਕਰਦੇ ਹਾਂ ਸਿੱਖੀ ਦੀ, ਜਿਹੜੀ ਅਕਸਰ ਦੇਖਣ ਨੂੰ ਮਿਲੀ ਆਪਾਂ ਨੂੰ, ਕਿ ਜਦੋਂ ਬੰਦਾ ਕੋਈ ਵੀ ਬੰਦਾ ਜਿਹੜਾ ਦਸਤਾਰ ਸਜਾ ਲੈਂਦਾ, ਉਹ ਆਪਣੇ ਆਪ ਨੂੰ ਸਮਝਦਾ ਵੀ ਮੇਰੇ ਤੋਂ ਸਾਰੇ ਥੱਲੇ ਨੇ। ਹਾਂਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਤੋਂ, ਜਦੋਂ ਜੇ ਅੱਗੇ ਜਾਂਦੇ ਹਾਂ, ਜਿਹੜਾ ਬੰਦਾ ਜਿੱਦਾਂ ਤੁਸੀਂ ਗੁਰੂ ਵਾਲੇ ਬਣੇ ਹੋਏ ਹੋ, ਅੰਮ੍ਰਿਤ ਛਕ ਲੈਂਦਾ, ਉਹ ਕਹਿੰਦਾ ਮੈਂ ਸਾਰੀ ਦੁਨੀਆ ਤੋਂ ਗਾਹ ਆ, ਉਹ ਇਹ ਮੇਰੇ ਸਮਝ ਤੋਂ ਬਾਹਰ ਗੱਲ ਆ ਵੀ ਇਹ ਕੀ, ਇਹ ਸੋਚ ਜਿਹੜੀ ਆ ਤੁਹਾਡੀ ਕਿਉਂ ਬਦਲਦੀ ਆ, ਕਾਹਤੇ ਬਦਲਦੀ ਆ। ਲੇਕਿਨ ਖਾਲਸਾ ਜੀ ਇਹ ਗੱਲ ਥੋੜ੍ਹੀ ਲੰਬੀ ਹੋਊਗੀ, ਆਪਾਂ ਨਾ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ, ਬ੍ਰੇਕ ਲੈ ਕੇ ਫਿਰ ਆਪਾਂ ਇਹ 'ਤੇ ਜਾਰੀ ਰੱਖਾਂਗੇ। ਇਸ ਗੱਲ ਬਾਰੇ ਆਪਾਂ ਮੈਂ ਜ਼ਰੂਰ ਜਾਣਨਾ ਚਾਹੂੰਗਾ ਕਿ ਕੀ ਤੁਹਾਡੇ ਅੰਦਰ ਕਿਹੜਾ ਐਸਾ ਜਾਨਵਰ ਹੈ ਅੰਦਰ ਦਾ ਜਿਹੜਾ ਜਾਗ ਜਾਂਦਾ ਕਿ ਤੁਸੀਂ ਸੋਚ ਜਿਹੜੀ ਆ ਉਹ ਤੁਹਾਡੀ ਸਿੱਧ ਜਾਣੀ ਚਾਹੀਦੀ ਆ, ਬਾਣੀ ਕਹਿ ਰਹੀ ਸਿੱਧੇ ਪਾਸੇ ਨੂੰ, ਉਹ ਜਾਂਦੀ ਉਲਟੇ ਪਾਸੇ ਨੂੰ। ਉਹ ਕਹਿੰਦਾ ਜੀ ਸਾਨੂੰ ਖਾਲਿਸਤਾਨ ਚਾਹੀਦਾ, ਦੂਜੇ ਬੰਦੇ ਕਹਿੰਦੇ ਜੀ ਜਿਹਨਾਂ ਨੂੰ ਖਾਲਿਸਤਾਨ ਚਾਹੀਦਾ ਉਹ ਇੰਡੀਆ ਜਾਓ, ਨਾ ਤਾਂ ਇੰਡੀਆ ਖਾਲਿਸਤਾਨ ਮਿਲਣਾ, ਇੱਥੇ ਤਾਂ ਬਿਲਕੁਲ ਨਹੀਂ ਮਿਲਣਾ, ਜੇ ਚਾਹੀਦਾ ਉਹ ਖਾਲਿਸਤਾਨ ਲੈ ਕੇ ਤੁਸੀਂ ਕਰਨਾ ਕੀ ਆ, ਮੈਨੂੰ ਉਹ ਸਮਝਾਓ। ਉਹ ਬੈਠ ਕੇ ਤਰਕ ਨਾਲ ਗੱਲ ਕਰਨ ਦੀ ਬਜਾਏ ਅਸੀਂ ਇੱਕ ਦੂਜੇ ਨਾਲ ਲੜਨ ਚੱਲੇ ਹੋਏ ਹਾਂ, ਮੈਨੂੰ ਸਮਝ ਨਹੀਂ ਅੱਜ ਤੱਕ ਵੀ ਲੜ ਕੇ ਜਾਂ ਕੀ ਕਰਕੇ ਕੀ ਸਾਨੂੰ ਮਿਲ ਜੂਗਾ। ਇਹਨਾਂ ਗੱਲਾਂ ਦੇ ਵਿੱਚੋਂ ਕੁਛ ਗੱਲਾਂ ਨੇ ਜਿਹੜੀਆਂ ਮੈਂ ਜ਼ਰੂਰ ਤੁਹਾਨੂੰ ਆਉਣ ਵਾਲੇ ਸਮਝਾਂ, ਆਪਣੇ ਕਾਲਰ ਵੀ ਜੁੜੇ ਹੋਏ ਨੇ, ਆਪਾਂ 1 ਮਿੰਟ ਦੇ ਲਈ ਉਹਨਾਂ ਨਾਲ ਜ਼ਰੂਰ ਲੈ ਲਈਏ। ਹਾਂਜੀ ਤੁਸੀਂ ਆਉਣ ਏ ਰਹੋ ਜੀ, ਕੀ ਕਹਿਣਾ ਚਾਹੋਗੇ ਖਾਲਸਾ ਜੀ ਨੂੰ, ਤੁਹਾਡੇ ਕੋਲ 2 ਮਿੰਟ ਨੇ ਜੀ। ਮੈਂ ਖਾਲਸਾ ਜੀ ਦੇ ਵਿਚਾਰ ਤਾਂ ਮੈਂ ਕਈ ਵਾਰੀ ਸੁਣ ਚੁੱਕਿਆ ਜੀ, ਬੜੇ ਅੱਛੇ ਵਿਚਾਰ ਹੁੰਦੇ ਇਹਨਾਂ ਦੇ ਜੀ, ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਹੁਤ ਮੈਂ ਪ੍ਰਭਾਵਿਤ ਹਾਂ ਜੀ ਤੇ ਮੇਰੇ ਮਾਤਾ ਜੀ ਸਿੱਖੀ ਨਾਲ ਬਹੁਤ ਜੁੜੇ ਹੋਏ ਸੀਗੇ ਤੇ ਮੈਂ ਰੋਜ਼ ਗੁਰਦੁਆਰੇ ਜਾਂਦਾ ਹੁੰਦਾ ਸੀ ਬਚਪਨ ਵਿੱਚ ਜੀ 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 ਤੇ ਤੁਹਾਡਾ ਮੈਂ ਸਿੱਖੀ ਤੋਂ ਬਹੁਤ ਤੁਹਾਡਾ ਬਹੁਤ ਧੰਨਵਾਦ ਆ ਜੀ, ਜਿਹੜਾ ਤੁਸੀਂ ਇੰਨੇ ਵਧੀਆ ਵਿਚਾਰ ਰੱਖਦੇ ਹੋ, ਇੰਨੇ ਵਧੀਆ ਵਿਦਵਾਨ ਹੋ, ਤੇ ਸਾਡੇ ਹਰ ਵਾਰੀ ਸ਼ੋਅ ਦਾ ਜਦੋਂ ਜੀ ਕਰਦੇ ਹੋ ਤੁਸੀਂ ਜ਼ਰੂਰ ਕਾਲ ਜੀ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ। ਮੈਂ ਚੰਦ ਗੱਲਾਂ ਹੋਰ ਕਹਿਣਾ ਚਾਹੁੰਦਾ ਜ਼ਰੂਰ ਜ਼ਰੂਰ ਜੀ, ਜੀ ਇੱਕ ਮੇਰੀ ਮਿੰਟ ਜੀ ਆਪਣੀ ਜੀ ਜੀ ਇੱਕ ਮੈਂ ਸਵੇਰੇ ਸਵੇਰੇ ਫੇਸਬੁੱਕ ਲਿਖਣ ਦੇ ਬਹੁਤ ਆਦੀ ਹੈ ਜੀ ਜਿਹਦੇ ਵਿੱਚ ਦੋ ਸ਼ਬਦ ਜੀ ਮੈਂ ਲਿਖਦਾ ਏਕ ਓਂਕਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਮੈਂ ਇੱਕ ਲਿਖਦਾ ਸਰਬੱਤ ਦਾ ਭਲਾ ਠੀਕ ਹੈ ਜੀ ਦੋ ਚੀਜ਼ਾਂ ਜ਼ਰੂਰ ਲਿਖਦਾ ਤੇ ਇਹ ਦੋ ਤਿੰਨ ਚਾਰ ਮੇਰੇ ਵਿੱਚ ਔਗਣੀਆਂ ਜਾਂ ਗੁਣੀਆਂ ਸਮਝ ਲਓ ਤੇ ਮੇਰੇ ਮੇਰੇ ਇਹਨਾਂ ਚੀਜ਼ਾਂ ਨੂੰ ਮੈਂ ਉਜਾਗਰ ਕਰ ਹੀ ਨਹੀਂ ਸਕਿਆ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੀ। ਜਿਹੜਾ ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ, ਇਸੇ ਤਰ੍ਹਾਂ ਜੁੜੇ ਰਹੋ, ਠੀਕ ਦੇਖੋ ਹੈ ਨਾ ਜੀ ਜੱਸ ਟੀਵੀ ਜੀ। ਠੀਕ ਹੈ ਜੀ ਠੀਕ ਧੰਨਵਾਦ ਹੈ ਜੀ। ਜੀ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਇੱਕ ਵਾਰ ਫਿਰ ਆਪਾਂ ਉਸੀ ਗੱਲ 'ਤੇ ਵਾਪਸ ਆਉਂਦੇ ਹਾਂ ਕਿ ਸਾਡੇ ਕਾਲਰ ਨੇ ਵੀ ਦੱਸਿਆ ਕਿ ਉਹ ਗੁਰਦੁਆਰੇ ਜਾਂਦੇ ਸੀ ਅਤੇ ਉਹ ਬੜੇ ਹੀ ਜੁੜੇ ਹੋਏ ਨੇ ਸਿੱਖੀ ਨਾਲ, ਅਤੇ ਆਪਾਂ ਵੀ ਉਸੇ ਕਲਚਰ ਦੇ ਵਿੱਚੋਂ ਹਾਂ, ਉਸੇ ਸਿੱਖੀ ਨੂੰ ਬਿਲੋਂਗ ਕਰਦੇ ਹਾਂ, ਲੇਕਿਨ ਜਿਹੜੀਆਂ ਦੋ ਚਾਰ ਗੱਲਾਂ ਨੇ ਇਹ ਜ਼ਰੂਰ ਮੈਂ ਕਲੀਅਰ ਕਰੂੰਗਾ ਅਤੇ ਆਪਾਂ ਖਾਲਸਾ ਜੀ ਨੂੰ ਫਿਰ ਵਾਪਸ ਸਵਾਗਤ ਲੈ ਕੇ ਕਹਿੰਦੇ ਹਾਂ। ਖਾਲਸਾ ਜੀ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ, ਅਤੇ ਤੁਹਾਡੇ ਤੋਂ ਥੋੜ੍ਹੇ ਜਿਹੇ ਕੁਐਸਚਨ ਨੇ ਜਿਹੜੇ ਮੈਂ ਜ਼ਰੂਰ ਪੁੱਛੂੰਗਾ ਕਿ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਕਈ ਕੁਛ ਪਾਇਆ ਜਾਂਦਾ, ਕੋਈ ਸੱਚ ਹੁੰਦਾ ਕੋਈ ਝੂਠ ਹੁੰਦਾ। ਇੱਕ ਤੁਹਾਡੇ ਬਾਰੇ ਵੀ ਮੈਨੂੰ ਕਿਸੇ ਨੇ ਕਲਿੱਪ ਭੇਜੀ ਕਿ ਜ਼ਰੂਰ ਇਸ ਗੱਲ ਬਾਰੇ ਗੱਲ ਕਰਿਓ ਜੀ। ਮੈਂ ਕਿਹਾ ਜੀ ਜ਼ਰੂਰ, ਕਿਉਂਕਿ ਆਪਾਂ ਸੱਚ ਦੀ ਕਚਹਿਰੀ ਲੈ ਕੇ ਬੈਠੇ ਹਾਂ, ਉਹ ਗੱਲ ਨੂੰ ਪੂਰਾ ਸੱਚ ਜਾਣਨਾ ਉਹਦੇ ਬਾਰੇ ਉਹ ਆਪਣਾ ਫਰਜ਼ ਆ। ਬਿਲਕੁਲ। ਮੈਂ ਇੱਕ ਵੀਡੀਓ ਦੇਖੀ ਤੁਹਾਡੀ ਸੀਗੀ ਜਿਹੜੀ ਪਾਈ ਹੋਈ ਸੀ ਕਿ ਇੱਕ ਗੁਰਿੰਦਰ ਸਿੰਘ ਨਾਂ ਦਾ ਬੰਦਾ ਕਿਸਾਨੀ ਮੋਰਚੇ 'ਚ ਆ ਕੇ ਘੁਸਪੈਠ ਕਰ ਗਿਆ। ਨੰਬਰ 1 ਤਾਂ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਤੁਹਾਨੂੰ ਕਿਸਾਨੀ ਨਾਲ ਮਤਲਬ ਨਹੀਂ, ਜਿਹੜਾ ਮੈਨੂੰ ਪੱਕਾ ਪਤਾ। ਨੰਬਰ 2 ਤੁਸੀਂ ਅਮਰੀਕਾ ਤੋਂ ਛੱਡ ਕੇ ਜਾਣਾ ਨਹੀਂ ਹੈ। ਨੰਬਰ 3 ਜੇ ਤੁਹਾਡੀ ਜ਼ਮੀਨ ਹੋਊਗੀ ਵੀ ਤੁਸੀਂ ਉੱਥੇ ਖੇਤੀ ਕਰਨ ਨਹੀਂ ਜਾਣਾ। ਤੇ ਨੰਬਰ 4 ਤੁਹਾਡਾ ਸਾਰਾ ਪਰਿਵਾਰ ਇੱਥੇ ਆ। ਤੇ ਨੰਬਰ 5 ਜਿੰਨਾ ਕੁ ਤੁਹਾਨੂੰ ਮੈਂ ਜਾਣਦਾ ਕਿ RSS ਜਾਂ BJP ਹੋ ਗਈ ਜਾਂ ਅਕਾਲੀ ਹੋ ਗਏ ਜਾਂ ਜਿੰਨੀਆਂ ਵੀ ਪਾਰਟੀਆਂ, ਕਿ ਤੁਹਾਡਾ ਕਾਫੀ ਲੀਡਰਾਂ ਦੇ ਨਾਲ ਆਉਣ ਜਾਣੀ ਹੈਗੀ ਆ। ਉਹਦੇ ਨਾਲ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੇ ਜੁੜੇ ਆ, ਜਿਹੜੇ ਉਹ ਬੰਦਿਆਂ ਨੇ ਕਿਹਾ ਕਿ ਇਹ ਬੰਦਾ ਇੱਕ ਨਿਹੰਗਾਂ ਦਾ ਬਾਣਾ ਪਾ ਕੇ ਘੁਸਪੈਠ ਕਰ ਗਿਆ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਬਿਲਕੁਲ, ਮੈਨੂੰ ਵੀ ਇਸ ਗੱਲ ਦਾ ਬੜੀ ਦੁੱਖ ਹੋਇਆ ਕਿ ਖਾਸ ਕਰਕੇ ਮੈਂ ਹੁਣ ਉਹਨਾਂ ਨਾਲ ਅਸੀਂ ਰਾਬਤਾ ਕਾਇਮ ਕੀਤਾ। ਮੈਂ ਤੁਹਾਨੂੰ ਥੋੜ੍ਹੀ ਜਿਹੀ ਇਹਦਾ ਬੈਕਗ੍ਰਾਉਂਡ ਦੱਸਣਾ ਵਾ ਕਿ ਕਿਵੇਂ, ਪਹਿਲੀ ਗੱਲ ਤਾਂ ਕਿ ਮੈਂ ਕਦੋਂ ਤੋਂ ਨਿਹੰਗ ਸਿੰਘ ਆਈ ਜਾਂ ਸਾਡੇ ਪਰਿਵਾਰ 'ਚ ਕਦੋਂ ਦੇ ਸਿੱਖੀ, ਮਤਲਬ ਖਾਸ ਕਰਕੇ ਸਨ ਜਿਹੜਾ 1982 ਦੇ ਵਿੱਚ ਮੇਰੇ ਜਿਹੜੇ ਫਾਦਰ ਸਾਹਿਬ ਦੇ ਚਾਚਾ ਜੀ, ਮਤਲਬ ਕਿ ਮੇਰੇ ਗ੍ਰੈਂਡਫਾਦਰ, ਦੋ ਭਰਾ ਸੀਗੇ, ਸਰਦਾਰ ਅਵਤਾਰ ਸਿੰਘ ਤੇ ਕਰਤਾਰ ਸਿੰਘ। ਸਰਦਾਰ ਕਰਤਾਰ ਸਿੰਘ ਦੀ ਜਿਹੜੀ ਫੈਮਿਲੀ ਹੈ ਉਹ ਉੱਚੀ ਬਸੀ ਦੇ ਲਾਗੇ ਚੱਕ ਆਸਮ ਪਿੰਡ ਆ ਦਸੂਹੇ 'ਚ, ਉੱਥੇ ਸਾਡੀ ਜਿੰਨੀ ਪਾਕਿਸਤਾਨ ਤੋਂ ਆਏ ਹਾਂ ਸਾਡੀ ਜ਼ਮੀਨ ਜਿਹੜੀ ਸੀ ਸਾਰੀ ਲਾਟ ਉੱਥੇ ਹੋਈ। ਔਰ ਉੱਥੇ ਮੇਰੇ ਜਿਹੜੇ ਫਾਦਰ ਸਾਹਿਬ ਦੇ ਚਾਚਾ ਜੀ ਦੇ, ਉਹਨਾਂ 3 ਭਰਾ ਨੇ ਔਰ ਤਿੰਨੋਂ ਹੀ ਜਿਹੜੇ ਨਿਹੰਗੀ ਬਾਣੇ 'ਚ ਗੁਰਸਿੱਖੀ ਉਹਨਾਂ ਨੇ ਮਤਲਬ ਅਪਣਾ ਲਈ 1982 ਦੇ ਵਿੱਚ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ। ਔਰ ਉਦੋਂ ਉਹ ਸਾਡੇ ਕੋਲ, ਸਾਡਾ ਪਿੰਡ ਹੈਗਾ ਦੋਈ ਜ਼ਿਲ੍ਹਾ ਅੰਬਾਲੇ ਦੇ ਵਿੱਚ, ਔਰ ਉਹ ਸਾਡੇ ਕੋਲ ਜਦੋਂ ਆਉਂਦੇ ਜਾਂਦੇ ਤੇ ਪਿਤਾ ਜੀ ਵੀ ਉਹ ਤੋਂ ਪ੍ਰਭਾਵਿਤ ਹੋਏ। ਪਰ ਪਿਤਾ ਜੀ ਹੋਰਾਂ ਨੇ ਅੰਮ੍ਰਿਤ ਨਹੀਂ ਛਕਿਆ, ਮੇਰੇ ਦਾਦਾ ਜੀ ਖੁਦ ਅੰਮ੍ਰਿਤਧਾਰੀ ਸੀਗੇ ਔਰ ਪਿਤਾ ਜੀ ਸਾਡੇ, ਮੇਰੇ ਪਿਤਾ ਜੀ 9 ਭੈਣ ਭਰਾ ਨੇ, ਕਦੀ ਸਾਡੇ ਮਤਲਬ ਮੇਰੇ ਪਿਤਾ ਜੀ ਹੋਰਾਂ ਨੇ ਕਦੀ ਦਾੜੀ ਕੇਸ 9 ਭੈਣ ਭਰਾਵਾਂ ਦੇ ਵਿੱਚ ਕਦੀ ਕਿਸੇ ਨੇ ਨਹੀਂ ਕੱਟਿਆ ਔਰ ਹਮੇਸ਼ਾ ਹੀ ਸਿੱਖੀ ਸਰੂਪ 'ਚ ਰਹੇ ਨੇ ਔਰ ਚਾਰੇ ਮੇਰੇ ਫੁੱਫੜ ਵੀ ਸਿੱਖੀ ਸਰੂਪ 'ਚ ਹੀ ਰਹੇ ਨੇ। ਮੂਵਿੰਗ ਫਾਰਵਰਡ ਕੀ ਹੋਇਆ ਕਿ ਜਦੋਂ 84 ਦਾ, 1984 ਦਾ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਜਦੋਂ ਇੰਡੀਅਨ ਗੌਰਮੈਂਟ ਨੇ ਮਤਲਬ ਕਿ ਤਹਿਸ ਨਹਿਸ ਕੀਤਾ ਆਪਣਾ ਹਰਿਮੰਦਰ ਸਾਹਿਬ ਨੂੰ, ਉਸ ਤੋਂ 5 ਦਿਨਾਂ ਬਾਅਦ ਹੀ ਮੇਰੇ ਪਿਤਾ ਜੀ ਨੇ ਸਰਦਾਰ ਜਤਿੰਦਰ ਸਿੰਘ ਸੰਧੂ ਉਹਨਾਂ ਨੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਵਾਲੇ ਬਣ ਗਏ। ਫਿਰ ਉਹ ਸਾਡੇ ਜਿਹੜੇ ਉਹਨਾਂ ਦੇ ਚਾਚਾ ਜੀ ਦੇ ਬੇਟੇ ਨੇ ਉਹ ਹੈਗੇ ਨੇ ਸਰਦਾਰ ਫੂਲਾ ਸਿੰਘ ਜੀ, ਉਹ ਉਹਨਾਂ ਕੋਲ ਪਹੁੰਚੇ, ਉਹਨਾਂ ਨੂੰ ਨਾਲ ਲੈ ਕੇ ਹਰੀਆਂ ਵੇਲਾਂ ਸੰਤ ਬਾਬਾ ਨਿਹਾਲ ਸਿੰਘ ਜੀ ਕੋਲ, ਔਰ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨੂੰ ਮਿਲੇ, ਉਹਨਾਂ ਤੋਂ ਪ੍ਰਭਾਵਿਤ ਹੋਏ ਔਰ ਉਸ 1984 ਤੋਂ
मेरे पिता जी जिहड़े ने निहंगी बाणे च आ गए और उन्होंने उस तों बाद साडे एरिए दे विच होर भी जिन्ने लोग सीगे उन्हां नूं ही सारिआं नूं कन्विंस कीता और काफ़ी दुनिया उस टाइम अमृतधारी हुई क्योंकि मेरे पिता जी काफ़ी एक्टिव सीगे पिंड दे सरपंच रहे 20-25 साल फिर उस तों बाद ब्लॉक समिति दे भी चेयरमैन रहे फिर शाहबाद शुगर मिल दे मौके दे उस टाइम डायरैक्टर सीगे और फिर उस तों बाद जदों उन्हां दी टर्म पूरी हुई फिर वो साडे कोल रह रहे सी इत्थे तो इस करके जिहड़ा वी कह रहा क्योंकि निहंगी बाणे च आ गया मेरे पिता जी तां मतलब कि साडे घर च तां जिहड़ी ए खालसाई फौजां 1982 तों और दूसरी गल ये हुई कि 2009 दे विच मेरे पिता जी इतने सन उन्होंने ग्रीन कार्ड होल्डर सीगे साढ़े कोल ही रहिंदे सी और इतों वापस गए मेरे चाचे दे मुंडे दा विआह सी ते उस टाइम की होया कि एकदम अचानक उन्हां दी एक्सीडेंट च उन्हां दा काल चलाना कर गए उस तों बाद जदों मेरे जिहड़े ਉਹ ਇੱਕ ਅਕਾਲੀ ਫੂਲਾ ਸਿੰਘ ਜੀ ਜਿਹੜੇ ਨੇ ਉਹ ਮੇਰੇ ਚਾਚਾ ਜੀ ਮਤਲਬ ਮੇਰੇ ਚਾਚਾ ਜੀ ਲੱਗੇ ਉਹਨਾਂ ਦੇ ਬੇਟੇ ਉਹ ਵੀ ਨਿਹੰਗੀ ਬਾਣੇ 'ਚ ਨੇ ਉਹ ਸਾਡੇ ਕੋਲ ਇੱਥੇ ਪਹੁੰਚੇ 2012 ਦੇ ਵਿੱਚ ਇੱਥੇ ਪਹੁੰਚੇ ਸਾਡੇ ਕੋਲ ਔਰ 2007 ਦੇ ਵਿੱਚ ਮੂਵਿੰਗ ਫਾਰਵਰਡ ਕੀ ਹੋਇਆ ਕਿ 2007 'ਚ ਜਦੋਂ ਬਫਲੋ ਤੋਂ ਮੈਂ ਟਰੈਵਲ ਕਰ ਰਿਹਾ ਸਾਂ ਸੈਕਰਾਮੈਂਟੋ ਉੱਥੇ ਏਅਰਪੋਰਟ ਦੇ ਉੱਤੇ ਮੈਨੂੰ ਕਿਹਾ ਵੀ ਤੁਸੀਂ ਪੱਗ ਲਾਓ ਅਤੇ ਤਾਂ ਹੀ ਤੁਹਾਡੀ ਅਸੀਂ ਸਿਕਿਉਰਿਟੀ ਦੇਣੀ ਹੈ ਸੀਗਾ ਅੱਗੇ ਤਾਂ ਕਦੀ ਲਾਈ ਨਹੀਂ ਅਤੇ ਉਹ ਕਹਿੰਦੇ ਵੀ ਕੋਈ ਨਾ ਕੋਈ ਬੀਪ ਹੁੰਦਾ ਪਿਆ ਉਹ ਕਹਿੰਦੇ ਵੀ ਨਾ ਜਿਹੜੀ ਨੋਨ ਮਟੈਲਿਕ ਸਬਸਟਾਂਸਿਸ ਨੇ ਉਹਦੇ ਕਰਕੇ ਤੁਹਾਨੂੰ ਪੱਗ ਲਾਉਣੀ ਪੈਣੀ ਹੈ ਔਰ ਮੈਂ ਉਹਨੂੰ ਰਿਫਿਊਜ਼ ਕਰਤਾ ਪੱਗ ਅਸੀਂ ਨਹੀਂ ਲਾਈ ਅਤੇ ਉੱਥੋਂ ਇਨਕਾਰ ਕਰਤਾ ਚੜ੍ਹਨ ਤੋਂ ਮੈਂ ਉੱਥੋਂ ਕਾਰ ਕਰਕੇ ਟੈਕਸੀ ਕਰਕੇ ਅਤੇ ਟੋਰੋਂਟੋ ਚਲ ਗਿਆ ਟੋਰੋਂਟੋ ਉੱਥੇ ਰਵਿੰਦਰ ਸਿੰਘ ਪੰਨੂ ਸੀਗੇ ਉਹ ਇੱਦਾਂ ਹੀ ਜਿਸ ਤਰ੍ਹਾਂ ਤੁਹਾਡਾ ਹੁਣ ਮੀਡੀਆ ਇੱਦਾਂ 2007 ਦੇ ਵਿੱਚ ਉਹਨਾਂ ਦਾ ਉਹਨਾਂ ਕੋਲ ਵੀ ਟੀ ਵੀ ਸਟੇਸ਼ਨ ਸੀਗੇ ਭੱਖ ਦੇ ਮਸਲੇ ਸ਼ਾਮ ਨੂੰ ਐਤਵਾਰ ਦਾ ਦਿਨ ਸੀ ਉਹਨਾਂ ਨੇ ਮੈਨੂੰ ਟੀ ਵੀ 'ਤੇ ਲੈ ਲਿਆ ਉਹਨਾਂ ਨੇ ਟੀ ਵੀ 'ਤੇ ਲੈ ਕੇ ਕਿਹਾ ਜੀ ਵੀ ਗੁਰਿੰਦਰ ਸਿੰਘ ਜੀ ਦੱਸੋ ਵੀ ਤੁਹਾਡਾ ਕੀ ਹੋਇਆ ਤੁਸੀਂ ਮੰਨੋਗੇ ਨਹੀਂ ਉਸ ਟਾਈਮ ਕੋਈ ਸੈਂਕੜੇ ਹੀ ਕਾਲਾਂ ਆਈਆਂ ਬਜ਼ੁਰਗਾਂ ਦੀਆਂ ਉਹ ਬਜ਼ੁਰਗ ਕਹਿੰਦੇ ਵੀ ਤੁਸੀਂ ਵੀ ਗੁਰਿੰਦਰ ਸਿੰਘ ਜੀ ਤੁਸੀਂ ਨਹੀਂ ਲਾਈ ਪਗੜੀ ਤੁਹਾਨੂੰ ਕੋਈ ਨਹੀਂ ਬਈ ਭੱਜਣਾ ਨਹੀਂ ਸੀ ਜ਼ਰੂਰੀ ਨਹੀਂ ਸੀ ਤੁਸੀਂ ਤਾਂ ਵਿਦ ਇਨ ਸਟੇਟ ਹੀ ਜਾਣਾ ਸੀਗਾ ਕਹਿੰਦੇ ਅਸੀਂ ਸਾਡਾ ਕਹਿੰਦੇ ਜੀ ਮੇਰਾ ਇੱਕੋ ਹੀ ਮੁੰਡਾ ਸੀਗਾ ਉਹ ਇੰਡੀਆ 'ਚ ਅਕਾਲ ਚਲਾਣਾ ਕਰ ਗਿਆ ਔਰ ਉਹਦੇ ਮੈਂ ਭੋਗ 'ਤੇ ਜਾਣਾ ਸੀ ਔਰ ਮੇਰੇ ਕੋਲੋਂ ਪੱਗ ਜਿਹੜੀ ਹੈ ਉੱਥੇ ਹੀ ਲਾ ਕੇ ਰਖਵਾਈ ਜਿੱਥੇ ਮਤਲਬ ਤੁਸੀਂ ਜੁੱਤੇ ਰੱਖਦੇ ਹੋ ਉਹ ਰੋਣ ਲੱਗ ਪਏ ਇਸੇ ਤਰ੍ਹਾਂ ਹੀ ਇਵੇਂ ਦੀਆਂ ਸੈਂਕੜੇ ਕਾਲਾਂ ਸੀ ਕਿਸੇ ਨੇ ਵਿਆਹ 'ਤੇ ਜਾਣਾ ਸੀਗਾ ਕਿਸੇ ਨੇ ਫਿਊਨਰਲ 'ਤੇ ਜਾਣਾ ਸੀ ਕਿਸੇ ਦੇ ਮਰੇ 'ਤੇ ਕਿਸੇ ਦੇ ਜਿਉਣੇ 'ਤੇ ਮੈਂ ਲਿਟਰਲੀ ਰੋਇਆ ਮੈਂ ਤੁਹਾਡੀ ਆ ਸਟੇਜ 'ਤੇ ਤੁਹਾਡੇ ਜਸ ਪੰਜਾਬੀ ਤੋਂ ਕਹਿਣਾ ਚਾਹੁੰਦਾ ਉਸ ਟਾਈਮ ਮੈਂ ਸੋਚਿਆ ਕਿ ਨਹੀਂ ਯਾਰ ਇਹ ਜਿਹੜਾ ਇਹ ਜਿਹੜੀ ਚੀਜ਼ ਇਹਨੂੰ ਆਪਾਂ ਅਡਰੈਸ ਕਰਨਾ ਇਹਨੂੰ ਆਪਾਂ ਇਹ ਜਿਹੜੀ ਪੋਲਸੀ ਹੈ ਜਿਹੜੀ ਹੈ ਹੈੱਡ ਗੇਅਰ ਵਾਲੀ ਜਿਹੜੀ ਨਵੀਂ ਪੋਲਸੀ ਇਹਨੂੰ ਆਪਾਂ ਚੇਂਜ ਕਰਾਉਣਾ ਉਹਦੇ ਵਾਸਤੇ ਮੈਂ ਵੀ ਅਸੀਂ ਤਾਂ ਕਦੀ ਕੁਛ ਕਰ ਨਹੀਂ ਸਕਦੇ ਅਸੀਂ ਤਾਂ ਕਦੀ ਕਿਤੇ ਇੰਨਾ ਪੋਲੀਟੀਕਲੀ ਐਕਟਿਵ ਨਹੀਂ ਹੈਗੇ ਜੀ ਤਾਂ ਆਪਣੇ ਕੰਮਾਂ ਧੰਦਾ 'ਚ ਹੈਗੇ ਮੈਂ ਉਸ ਟਾਈਮ ਸੈਕਰਾਮੈਂਟੋ ਰਹਿੰਦਾ ਸੀ ਮੈਂ ਜਿੰਨੇ ਵੀ ਮੈਂ ਕਿਹਦੇ ਨਾਂ ਨਹੀਂ ਲੈਣਾ ਚਾਹੁੰਦਾ ਜਿੰਨੇ ਵੀ ਵੱਡੇ ਵੱਡੇ ਸਿੱਖ ਲੀਡਰ ਨੇ ਮਿਡਵੈਸਟ ਤੋਂ ਲੈ ਕੇ ਕੈਲੀਫੋਰਨੀਆ ਤੱਕ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਖੱਬੀ ਖਾਂ ਕਹਿੰਦੇ ਨੇ ਔਰ ਜਿਹੜੇ ਉਹ ਵਾਲੇ ਲੀਡਰ ਕਿ ਜਿਹੜੇ ਕਿ 9/11 ਦੇ ਟਾਈਮ ਈਵਨ ਕਿ ਬੁਸ਼ ਨੂੰ ਮਿਲ ਕੇ ਜਿਹਨਾਂ ਨੇ ਜਦੋਂ ਜਿਸ ਸੋਢੀ ਸਾਹਿਬ ਦੀ ਉੱਥੇ ਦਾ ਕਤਲ ਹੋਇਆ ਹੇਟ ਕ੍ਰਾਈਮ ਦੇ ਵਿੱਚ ਉਸ ਟਾਈਮ ਜਿਹੜੇ ਵੀ ਸਿੱਖ ਸੀਗੇ ਉਹਨਾਂ ਸਾਰਿਆਂ ਨੂੰ ਮੈਂ ਕੋਂਟੈਕਟ ਕੀਤਾ ਮੈਂ ਕਿਹਾ ਵੀ ਆਹ ਸਿਚੁਏਸ਼ਨ ਹੈ ਮੈਂ ਤਾਂ ਇੱਕ ਛੋਟਾ ਜਿਹਾ ਹੈਗਾ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ 30-35 ਸਾਲ ਦਾ ਮੁੰਡਾ ਔਰ ਆਪਣੇ ਕੰਮਾਂ ਕਾਰਾਂ 'ਚ ਲੱਗੇ ਹਾਂ ਪਰ ਸਿੱਖੀ ਦੀ ਇਹ ਗੱਲ ਹੈਗੀ ਕਿ ਜ਼ਮੀਰ ਹੈਗਾ ਕਿ ਮੇਰੇ ਮਤਲਬ ਦਸਮ ਪਾਤਸ਼ਾਹ ਨੇ ਸਾਡੇ ਸਿਰ ਦੇ ਉੱਤੇ ਤਾਜ ਰੱਖਿਆ ਮੈਂ ਨਹੀਂ ਇਹਨੂੰ ਲਾ ਕੇ ਜੁੱਤਿਆਂ ਵਾਲੇ ਕਾਲਜ ਰੱਖ ਸਕਦਾ ਔਰ ਮੰਨੋਗੇ ਨਹੀਂ ਅਨਫੋਰਚੁਨੇਟਲੀ ਕੋਈ ਬੰਦਾ ਉਹਨਾਂ 'ਚੋਂ ਜਿੰਨੇ ਲੀਡਰ ਸੀਗੇ ਕੋਈ ਬੰਦਾ ਉਹਦੇ 'ਚੋਂ ਨਹੀਂ ਨਾਲ ਤੁਰਿਆ ਮੈਂ ਉਹਨੂੰ ਸਹੁੰ ਚੱਕ ਲਈ ਮੈਂ ਗੁਰਦੁਆਰਾ ਸਾਹਿਬ ਗਏ ਬਰਾੜਸ਼ਾਹ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ 20-25 ਆਪਣੇ ਯਾਰ ਦੋਸਤ ਸੀਗੇ ਉੱਥੇ ਭਿੰਡਰ ਸਾਹਿਬ ਨੇ ਹੋਰ ਨੇ ਜਿੰਨੇ ਵੀ ਸਾਰੇ ਯਾਰ ਦੋਸਤ ਸੀਗੇ ਅਸੀਂ ਸਾਰਿਆਂ ਨੇ ਹਜ਼ਾਰ 1200-1500-1500 $2000 ਪਾਇਆ ਸੀ $20-25 ਇਕੱਠਾ ਕੀਤਾ ਔਰ ਇਹ ਸੋਚ ਲਿਆ ਕਿ ਜਿੰਨੇ ਲੀਡਰ ਨੇ ਅਤੇ ਇਹ ਜੋ ਮਰਜ਼ੀ ਕਰਨ ਡੱਠੇ ਖੂਸ਼ ਪੈਣ ਮਤਲਬ ਕਿ ਮੈਨੂੰ ਨਹੀਂ ਮੈਂ ਕੋਈ ਮੈਨੂੰ ਵੀ ਨਹੀਂ ਕੋਈ ਲਿਹਾਜ਼ ਹੈਗਾ ਔਰ ਅਸੀਂ ਕੀ ਕੀਤਾ ਗੁਰਦੁਆਰੇ ਇਕੱਲੇ ਇਕੱਲੇ ਗੁਰਦੁਆਰਾ ਸਾਹਿਬ ਗਏ ਭਜਨਾ ਕੀਤੀ ਮੇਲਾਂ ਰਾਹੀਂ ਭੇਜੇ ਉਦੋਂ ਅਜੇ ਈਮੇਲਾਂ ਦਾ ਜਾਂ ਇੰਨਾ ਸਿਸਟਮ ਨਹੀਂ ਸੀ ਹੈਗਾ ਇੰਟਰਨੈਟ ਦਾ ਤੁਹਾਨੂੰ ਪਤਾ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ ਔਰ ਉਸ ਟਾਈਮ ਆਈ ਕ੍ਰਿਸ ਕ੍ਰੋਸ ਦਾ ਹੋਲ ਅਮੈਰੀਕਾ ਪੱਲਿਓਂ ਲੱਖ ਰੁਪਈਆ ਲਾਇਆ ਲੱਖ ਤੋਂ ਵੀ ਜ਼ਿਆਦਾ 15-20 ਹਜ਼ਾਰ ਬਾਕੀ ਭਰਾਵਾਂ ਨੇ ਭੈਣਾਂ ਭਰਾਵਾਂ ਨੇ ਦਿੱਤਾ ਅਸੀਂ ਸੋਚਿਆ ਵੀ ਉਹਨਾਂ ਮੈਂ ਗਏ ਹੈਰੀ ਰੀਡ ਕੋਲ ਪਹੁੰਚੇ ਹੀ ਵਾਸ ਸੈਨੇਟ ਮੈਜੋਰਟੀ ਲੀਡਰ ਉਸ ਟਾਈਮ ਉਹ ਕਹਿੰਦਾ 20-25 ਹਜ਼ਾਰ ਪਟੀਸ਼ਨਾਂ ਚਾਹੀਦੀਆਂ ਨੇ ਤੁਸੀਂ ਮੰਨੋਗੇ ਨਹੀਂ 67,000 ਪਟੀਸ਼ਨਾਂ ਇਕੱਠੀਆਂ ਕਰਕੇ ਉਹਨਾਂ ਕੋਲ ਲੈ ਕੇ ਗਏ ਔਰ ਉਹ ਜਿਹੜਾ ਉਹ ਜਿਹੜੀ ਪੋਲਿਸੀ ਸੀਗੀ ਉਹ ਪੋਲਿਸੀ ਚੇਂਜ ਕਰਾਈ
ਯੂਐਸ ਯੂਐਸ ਕਾਂਗਰਸ ਦੇ ਵਿੱਚ ਜਿਸ ਉਸ ਟਾਈਮ ਬਰਾਕ ਓਬਾਮਾ ਵੀ ਸੈਨੇਟਰ ਸੀਗਾ ਉਸ ਟਾਈਮ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਦੱਸਣਾ ਵਾਂ ਉਸ ਟਾਈਮ ਸੋਚ ਲਿਆ ਕਿ ਭਾਈ ਤੁਸੀਂ ਹੁਣ ਤੋਲ ਲਿਆ ਨਾ ਵੀ ਜਿੰਨੇ ਵੀ ਸਿੱਖ ਲੀਡਰ ਸਨ ਆਪਣੇ ਆਪ ਨੂੰ ਬੜੇ ਵੱਡੇ ਲੀਡਰ ਸਮਝਦੇ ਹਨ ਕੋਈ ਨੇੜੇ ਨਹੀਂ ਲੱਗਾ ਪਰ ਤੁਹਾਡੇ ਵੀਰ ਨੇ ਉਸ ਟਾਈਮ ਭੱਜ ਨਾਸ ਕਰਕੇ 67,000 ਉਹਨਾਂ ਲੋਕਾਂ ਨੇ ਜਿਨ੍ਹਾਂ ਦਾ ਕੋਈ ਨਾਮ ਨਾ ਮਤਲਬ ਕਿ ਜਿਹੜੇ ਕੋਈ ਅਨਸੰਗ ਹੀਰੋ ਨੇ ਉਹਨਾਂ ਦੇ ਕਰਕੇ ਅਸੀਂ ਉੱਥੇ ਪਹੁੰਚੇ ਔਰ ਉਦੋਂ ਤੋਂ ਤੁਸੀਂ ਮਤਲਬ ਕਿ ਤੁਹਾਡੀ ਦਸਤਾਰ ਨੂੰ ਵੀ ਟੱਚ ਨਹੀਂ ਕਰ ਸਕਦੇ ਤੁਸੀਂ ਹੱਥ ਲਾਉਂਦੇ ਹੋ ਅਤੇ ਤਾਂ ਟੱਚ ਕਰਦੇ ਹੋ ਅਤੇ ਤਾਂ ਮਤਲਬ ਕਿ ਉਹਨੂੰ ਸਵਾਪ ਕਰਦੇ ਨੇ ਇਹ ਸਿਚੁਏਸ਼ਨ ਸੀਗੀ ਫਿਰ ਉਸ ਟਾਈਮ ਫਿਰ ਉਦੋਂ ਬਾਅਦ ਫਿਰ ਨਹੀਂ ਹੈਗਾ ਕਿ ਚਲੋ ਇਹ ਕਰਕੇ ਅਤੇ ਫਿਰ ਆਪਣੇ ਕੰਮਾਂ 'ਚ ਲੱਗ ਗਏ ਇਹ ਨਹੀਂ ਕਿ ਉਦੋਂ ਬਾਅਦ ਅਸੀਂ ਕੋਈ ਸੋਚਿਆ ਵੀ ਇਹਦੀ ਕੋਈ ਕੋਈ ਪੋਲੀਟੀਕਲ ਮਾਈਲੇਜ ਲੈਣੀ ਹੈ ਜਾਂ ਕੁਝ ਹੋਰ ਲੈਣਾ ਹੋ ਸਕਦਾ ਮੈਨੂੰ ਹੁਣ ਸਗੋਂ ਸੋਚਦਾ ਵੀ ਉਸ ਟਾਈਮ ਸਗੋਂ ਸਾਨੂੰ ਉਸ ਟਾਈਮ ਲੀਡਰਸ਼ਿਪ ਦੇਣੀ ਚਾਹੀਦੀ ਸੀ ਸਿੱਖਾਂ ਨੂੰ ਔਰ ਜੇ ਉਸ ਟਾਈਮ ਦਿੱਤੀ ਹੁੰਦੀ ਤਾਂ ਹੋਰ ਬੈਟਰ ਹੁੰਦਾ ਫਿਰ ਅੱਗੇ ਹੁਣ ਮੂਵਿੰਗ ਫਾਰਵਰਡ ਕੀ ਹੋਇਆ ਕਿ 2012 ਦੇ ਵਿੱਚ ਜਦੋਂ ਉਹ ਫੂਲਾ ਸਿੰਘ ਜੀ ਜਿਹੜੇ 40 ਸਾਲਾਂ ਤੋਂ ਉੱਥੇ ਬੇਰ ਸਾਹਿਬ ਹੈ ਉੱਚੀ ਬਸੀ 'ਚ ਜਿੱਥੇ ਗੁਰੂ ਹਰਗੋਬਿੰਦ ਸਾਹਿਬ 2200 ਘੋੜ ਸਵਾਰ ਦੇ ਨਾਲ ਉਸ ਟਾਈਮ ਉੱਥੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਉੱਥੇ ਪੜਾਓ ਕੀਤਾ 3 ਦਿਨ ਦਾ ਇੰਨਾ ਇਤਿਹਾਸਿਕ ਗੁਰਦੁਆਰਾ ਉੱਥੇ ਦੀ ਉਹ ਉੱਥੇ ਗੁਰੂ ਸਾਹਿਬ ਦੀ ਸੇਵਾ ਕਰਦੇ ਪਏ ਨੇ ਮੇਰੇ ਤਾਇਆ ਜੀ ਜਿਹੜੇ ਨੇ ਫੂਲਾ ਸਿੰਘ ਜੀ ਉਹਨਾਂ ਦਾ ਬੇਟਾ ਇੱਥੇ ਪਹੁੰਚੇ ਉਹਨਾਂ ਨੇ ਕਿਹਾ ਵੀ ਜਦੋਂ ਤੁਹਾਡੇ ਪਿਤਾ ਜੀ ਚੜ੍ਹਾਈ ਕਰ ਗਏ ਸੀਗੇ ਇੰਨੇ ਚੜ੍ਹਦੀ ਕਲਾ ਦੇ ਸਿੰਘ ਸੀ ਨਿਹੰਗ ਸਿੰਘ ਸੀ ਇੰਨੇ ਸਾਲਾਂ ਤੋਂ ਇੰਨਾ ਏਰੀਏ 'ਚ ਉਹਨਾਂ ਦਾ ਰਸੂਖ ਸੀਗਾ ਤੁਸੀਂ ਜਦੋਂ ਉਹ ਚਲੇ ਗਏ ਨੇ ਬਾਕੀ ਸਾਰਾ ਕੁਛ ਕੀ ਕੀਤਾ ਮੈਂ ਵੀ ਸਾਰਾ ਕੁਛ ਤਾਂ ਵੰਡ ਵੁੰਡ ਲਿਆ ਵੀ ਜ਼ਮੀਨ ਜਾਇਨ ਦਾ ਤਕਸੀਮ ਹੋ ਗਈ ਜੇ ਬਹੁਤ ਪਤਾ ਉਹਨਾਂ ਨੇ ਕੀ ਕਿਹਾ ਕਹਿੰਦੇ ਵੀ ਤੁਸੀਂ ਜਿਹੜਾ ਜਿਹੜਾ ਕਹਿੰਦੇ ਚਾਚਾ ਜੀ ਦਾ ਚੋਲਾ ਸੀਗਾ ਬਾਣਾ ਸੀਗਾ ਉਹਨਾਂ ਦਾ ਜਿਹੜਾ ਦਮਾਲਾ ਸੀ ਉਹ ਕਿਤੇ ਝੋਲੀ 'ਚ ਪਿਆ ਔਰ ਉਸ ਦਿਨ ਮੈਂ ਮਨ ਇੰਨਾ ਹੋਇਆ ਮੈਂ ਉਸ ਦਿਨ ਤੋਂ ਮੈਂ ਆਪਣਾ ਬਾਣੇ 'ਚ ਔਰ ਜਦਕਿ ਦਸਤਾਰ 'ਚ ਉਸ ਦਿਨ ਪਹੁੰਚਿਆ ਜਦਕਿ ਜਿਹੜੀ 2007 'ਚ ਜਦੋਂ ਇਹ ਹੋਈ ਹੈ ਜਦੋਂ ਇਹ ਘਟਨਾ ਹੋਈ ਹੈ ਉਦੋਂ ਮੈਂ ਉਸ ਟਾਈਮ LA ਪਹੁੰਚਿਆ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਇੱਕ ਸੱਜਣ ਨੇ ਭਾਈ ਸਾਹਿਬ ਨੇ ਕਿਹਾ ਵੀ ਤੁਸੀਂ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਉਸੇ ਟਾਈਮ ਮੈਂ ਉੱਥੇ 2007 ਤੋਂ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਔਰ 2012 ਤੋਂ ਮੈਂ ਆਪਣਾ ਨਿਹੰਗੀ ਬਾਣੇ 'ਚ ਆਇਆ ਔਰ ਜਿਹੜੇ ਕੀ ਉਦੋਂ ਮੂਵਿੰਗ ਫਾਰਵਰਡ ਕੀ ਹੋਇਆ ਕਿ ਕਦੀ ਕਿਸੇ ਦੇ ਨਾਲ ਕਦੀ ਉਹ ਨਹੀਂ ਸੀ ਹੈਗਾ ਕਿ ਵੀ ਅਸੀਂ ਕਿਸੇ ਦੇ ਨਾਲ ਵੀ ਜੇ ਬਾਣਾ ਪਾਲਿਆ ਤਾਂ ਕਿਸੇ ਨੂੰ ਕਿੰਤੂ ਪ੍ਰੰਤੂ ਕਰੀਏ ਭਾਈ ਤੂੰ ਦਾੜੀ ਨਹੀਂ ਰੱਖੀ ਤੂੰ ਕੇਸ ਨਹੀਂ ਰੱਖੀ ਮੇਰਾ ਬ੍ਰਦਰ ਜਿਹੜਾ ਖੁਦ ਹੈ ਉਹ ਕਲੀਨ ਸ਼ੈਵਨ ਹੈ ਜਿਸ ਦਿਨ ਦਾ ਅਮਰੀਕਾ 'ਚ ਆਇਆ ਉਸ ਦਿਨ ਤੋਂ ਕਲੀਨ ਸ਼ੈਵਨ ਹੈ ਇਹਦਾ ਮਤਲਬ ਇਹ ਥੋੜ੍ਹੀ ਕਿ ਮੈਂ ਉਹਨਾਂ ਘਰੀਨਾ ਕਰਾਂ ਜਾਂ ਜਿਹੜਾ ਬੰਦਾ ਨਹੀਂ ਗੁਰੂ ਵਾਲਾ ਜਾਂ ਉਹਨਾਂ ਕਰਾਂ ਸਾਨੂੰ ਸਗੋਂ ਜਿਹੜਾ ਬੰਦਾ ਗੁਰੂ ਵਾਲਾ ਨਹੀਂ ਹੈਗਾ ਉਹਨੂੰ ਸਗੋਂ ਜ਼ਿਆਦਾ ਗਲਵੱਕੜੀ 'ਚ ਲੈਣਾ ਚਾਹੀਦਾ ਉਹਨੂੰ ਸਗੋਂ ਪਿਆਰ ਕਰਨਾ ਚਾਹੀਦਾ ਉਹਨੂੰ ਇਹ ਨਹੀਂ ਜਿਤਾਉਣਾ ਚਾਹੀਦਾ ਕਿ ਤੂੰ ਯਾਰ ਸਾਡੇ ਤੋਂ ਕੋਈ ਮਾੜਾ ਹੈ ਸਗੋਂ ਉਹਨੂੰ ਇੰਨੀ ਜ਼ਿਆਦਾ ਪਿਆਰ ਕਰੋ ਉਹ ਇਹ ਸੋਚੇ ਕਿ ਯਾਰ ਇਹ ਜਿਹੜੇ ਦਾੜਿਆਂ ਵਾਲੇ ਨੇ ਜਾਂ ਦਸਤਾਰਾਂ ਵਾਲੇ ਨੇ ਇਹ ਸਗੋਂ ਜ਼ਿਆਦਾ ਪਿਆਰ ਕਰਦੇ ਨੇ ਅਸੀਂ ਸਗੋਂ ਉਹਨਾਂ ਦੇ ਹੱਥੋਂ ਜਿਹੜੇ ਲੋਕ ਨੇ ਉਹ ਜਿਹੜੇ ਬੰਦਾ ਇੱਕ ਵਾਰੀ ਅੰਮ੍ਰਿਤ ਛਕ ਲੈਂਦੇ ਜਿਵੇਂ ਤੁਸੀਂ ਕਿਹਾ ਸੀਗਾ ਉਹ ਤਾਂ ਉਹਨਾਂ ਕੋਲੋਂ ਪ੍ਰਸ਼ਾਦ ਵੀ ਲੈਂਦੇ ਉਹ ਕਹਿੰਦੇ ਜੀ ਇਹ ਨਗੂਰਾ ਹੈ ਜੀ ਇਹ ਫਲਾਣਾ ਹੈ ਜੀ ਇਹ ਟਮਕਾਣਾ ਹੈ ਜੀ ਇਹਨੇ ਉੱਤੋਂ ਦੀ ਕਿਰਪਾ ਨਹੀਂ ਪਾਈ ਇਹਨੇ ਥੱਲਿਓਂ ਦੀ ਪਾਈ ਇਹਨੇ ਆਹ ਨਹੀਂ ਕੀਤਾ ਨੇ ਉਹ ਨਹੀਂ ਕੀਤਾ ਜੋ ਕਿੰਤੂ ਪਰੰਤੂ ਇਹਨਾਂ ਨੇ ਪਤਾ ਨਹੀਂ ਕੀ ਠੇਕਾ ਲੈ ਲਿਆ ਕੀ ਇਹਨਾਂ ਨੇ ਮਤਲਬ ਸਿੱਖੀ ਜਿਹੜੀ ਹੈ ਸਿੰਘਾਂ ਨੇ ਟੰਗ ਲਈ ਹੈ ਹੁਣ ਬਿਲਕੁਲ ਸਹੀ ਆ ਤੇ ਗੱਲ ਥੋੜੀ ਜਿਹੀ ਲੰਬੀ ਹੋ ਗਈ ਲੇਕਿਨ ਜਿਹੜੀ ਆਪਣੀ ਬ੍ਰੇਕ ਆ ਉਹ ਜ਼ਰੂਰ ਇੱਕ ਬਣਦੀ ਆ ਇੱਕ ਬ੍ਰੇਕ ਦਿਓ ਛੋਟੀ ਜਿਹੀ ਉਸ ਤੋਂ ਬਾਅਦ ਆ ਕੇ ਫਿਰ ਆਪਾਂ ਇੱਥੇ ਹੀ ਗੱਲ ਤੁਸੀਂ ਜੁੜੇ ਰਹੋ ਆ ਗੱਲ ਕਰਾਂਗੇ ਹਾਂ ਉਸ ਤੋਂ ਬਾਅਦ ਮੈਂ ਦੋ ਚਾਰ ਕੁਐਸਚਨ ਹੋਰ ਨੇ ਜਿਹੜੇ ਤੁਹਾਡੇ ਜ਼ਰੂਰ ਪੁੱਛਾਂਗੇ ਇੱਕ ਦਿਓ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਸਾਰੇ ਜਸ ਟੀਵੀ ਦੇਖ ਰਹੇ ਦਰਸ਼ਕਾਂ ਦਾ ਤੇ ਆਪਾਂ ਗੱਲਬਾਤ ਉੱਥੇ ਹੀ ਰੱਖਾਂਗੇ ਵਾਪਸ ਉੱਥੇ ਜਾਂਦੇ ਹਾਂ ਕਿ ਜਿਹੜਾ ਅਰਦਾਸ ਦੇ ਪਰਸਨਲ ਵਿਊ ਨੇ ਜਾਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਖਾਲਸਾ ਜੀ ਨੇ ਪੂਰਾ ਮੈਨੂੰ ਪ੍ਰਾਪਰ ਜਵਾਬ ਨਹੀਂ ਦਿੱਤਾ ਲੇਕਿਨ ਮੈਂ ਜਵਾਬ ਇਹਨਾਂ ਤੋਂ ਪੁੱਛ ਕੇ ਹਟਾਂਗਾ ਫਿਰ ਖਾਲਸਾ ਜੀ ਨੇ ਕੁਆਰੀ ਨਿੱਘਾ ਸਵਾਗਤ ਕਹਿੰਦੇ ਖਾਲਸਾ ਜੀ ਫਿਰ ਸਵਾਗਤ ਹੈ ਤੁਹਾਡਾ ਅਤੇ ਕੁਐਸਚਨ ਜਿਹੜਾ ਸੀ ਮੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਤੁਸੀਂ ਕਾਫੀ ਅਰਸੇ ਤੋਂ 2-3 ਪੀੜ੍ਹੀਆਂ ਤੋਂ ਜੁੜੇ ਹੋਏ ਆ ਆਪਣੇ ਗੁਰਸਿੱਖੀ ਨਾਲ ਅਤੇ ਨਿਹੰਗ ਸਿੰਘਾਂ ਨਾਲ ਇਹ ਤਾਂ ਪਤਾ ਲੱਗ ਗਿਆ ਲੇਕਿਨ ਜਵਾਬ ਮੇਰਾ ਮੈਨੂੰ ਕੁਐਸਚਨ ਫਿਰ ਉਹੀ ਆ ਕਿ ਮੈਂ ਅੱਜ ਜਸ ਟੀ ਵੀ 'ਤੇ ਵਰਲਡ ਵਾਈਜ਼ ਤੁਹਾਨੂੰ ਇਹ ਪੁੱਛ ਰਿਹਾ ਕਿ ਕੀ ਤੁਸੀਂ ਸੱਚਮੁੱਚ ਮੈਨੂੰ ਓਨੈਸਟਲੀ ਜਵਾਬ ਦਿਓ ਤੁਸੀਂ ਗੁਰੂ ਵਾਲੇ ਹੋ ਕਿ ਕੀ ਤੁਸੀਂ ਆਰ ਐਸ ਐਸ ਨਾਲ ਜੁੜੇ ਹੋਏ ਹੋ ਹਾਂ ਜਾਂ ਨਾ ਹਾਂ ਮੈਂ ਉਸੇ ਤੇ ਆਉਣਾ ਵਾਂ ਮੈਂ ਪੂਰੀ ਪਹਿਲੀ ਗੱਲ ਤਾਂ ਮੈਂ ਕਦੀ ਕਿਸੇ ਆਰ ਐਸ ਐਸ ਨਾਲ
या रस के प्यो नाल या किसी दे नाल। और मैं गल कहना वा कि जेड़ा भी इंसान यह कहता भी गुरिंदर सिंह किसी आरस के हथां चढ़िया, मैं कहना भी गुरु की गोत तो वड्डी होर कोई गोत नहीं। पूरे अमरीका 30 मिलियन अमरी पूरे वर्ल्ड का सिख है, कोई भी मेरे नाल आके गुरद्वारा साहब चढ़े और वो कोई इंसान जेड़ा ये कहता भी गुरिंदर सिंह खा भी कोई आर एस एस का बंदा या कुछ है वह भी मेरे नाल चढ़े अपने बच्चों को लैके आए और उत्थे गुरु साहब के अगे मैं मैनु सवाल पूछे और उत्थे ही आए ताकि एवं दी बकवासबाजी जी है ना पूरा ये ना। बिल्कुल सही है जी। दूजा जी गल मैं कहना ये तो वड्डी की गल हो सकती है कि मैं कहना भी तुम ऐसा प्रोग्राम रखो गुरुद्वारा साहब के विच रखो और उत्थे आके बंदा इंसान पूछे और उत्थे मैं पूछा भी केड़ा केड़ा हैगा जी। तू हुण मैं सारे मैं कदी किसे अज तक जिन्ने कौम वास्ते दिलों सच्चे मनो मैं भजनस कीती है मैं कहना भी यू कैन काउंट दोज पीपल ऑन फिंगर जिन्होंने तन मन धन सिखी वास्ते लाया हो जी। ये जिहड़ी तुसीं गल करदे आ मैं भी अज ये जरूर कहूंगा कि जिहड़ा भी बंदा कोई भी ये किसी दे कोल कोई सबूत है हाँ। कि खालसे ने आ कीता जां गुरिंदर सिंह ने आ कीता वो हाँ। मेरे तक जरूर पहुँचाओ कि अज तक एक इन्हां दा भी गुस्सा है जिहड़ा आपां जिथे मिलदे आ प्रोग्राम खराब हुंदा वो हाँ। दूसरा किसी भी बंदे उत्ते उंगली उठाउण तों पहलों तुसीं 2-4 वार जरूर सोचो कि की मेरे कोल की है इस बंदे दे खिलाफ। तुसीं वो गल करदे साडे पंजाबियां दी आदत है खास करके जदों असीं दस्तार सजाउण लग जांदे आ फिर उस तों अगे जा के असीं अमृत छक लैंदे हाँ फिर असीं कहण लग पैंदे जी फलाना जिहड़ा वो तो प्रचाद लै के नहीं खाणा वो जिहड़ा मोना बंदा आ वो तो आ नहीं करना जां मोना बंदा वड्डी जिहड़ी प्रॉब्लम कि गुरु घर आ जिन्ने साडे गुरद्वारे ने उत्थे की हो रहा कि जिहड़ा बंदे ने अमृत नहीं छकिया होया जां वो दाड़ा नहीं रखदा दस्तार वो प्रेजिडेंट नहीं बनेगा उहनूं सैकटरी नहीं बनन देना उहनूं आ नहीं बनन देना। जे तुसीं गुरु घरां दे दरवाजे खाली सिखां तक ही सीमित रखने आ फिर तुसीं गुरु वाले तां नहीं हो सकते क्योंकि जे 550 साल पिछे नूं जाइए साढ़े गुरु साहब गुरु नानक देव जी ने इस पासे लाया कि उन्होंने हर एक धर्म नूं गलबकड़ी विच लिया और जिहड़े ब्राह्मण लुटदे सी उस वेले उन्होंने उन्होंने ही परिवारों नूं कहा कि तुसीं अपने परिवारों का खून ना चूसो। तो जिहड़ियां साडियां गल्लां ने हुण दूसरा क्वेश्चन गुरिंदर सिंह जी के जिहड़े ये आ तुहानूं कि जिहड़े बंदे कहिंदे ने कि गुरिंदर जी मोदी नाल जुड़े हुए ने उहदा मैनूं जवाब दिओ कि ਮੈਨੂੰ ਪਤਾ ਤੁਸੀਂ ਪੋਲੀਟੀਕਲ ਨੂੰ ਲੈ ਕੇ ਕਾਫੀ ਸਰਗਰਮ ਹੋ ਦੇਖੋ ਮੈਂ ਪੋਲੀਟੀਕਲੀ ਜੁੜਨਾ ਚਾਹੁੰਦੇ ਹੋ ਮੈਨੂੰ ਇਸ ਗੱਲ ਦਾ ਪਤਾ ਵੀ ਹੈ ਮੈਂ ਕੀ ਹੋਇਆ ਮੈਂ ਤੁਹਾਨੂੰ ਛੋਟੀ ਜਿਹੀ ਟਾਈਮ ਦੱਸਾਂ ਤੁਹਾਡਾ ਟਾਈਮ ਲੱਗਣਾ ਜਿਹੜੇ 2015 ਦੇ ਵਿੱਚ ਜਿਹੜੇ 5-7 ਐਸੇ ਸਿੱਖੀ ਨੂੰ ਸਿੰਘਾਂ ਨੇ ਟੰਗਣ ਵਾਲੇ ਸਿੱਖ ਜਿਹਨਾਂ ਨੂੰ ਕਿਸੇ ਇੰਡੀਆਨਾਪੋਲਿਸ ਦੇ ਕਿਸੇ ਗੁਰੂ ਘਰ ਦੇ ਵਿੱਚ ਕੋਈ ਨਹੀਂ ਸੀ ਵਾਰਦਾ ਉਹ 5-4 ਬੰਦੇ ਇਕੱਠੇ ਹੋ ਕੇ ਉਹਨਾਂ ਸੋਚਿਆ ਕਿ ਯਾਰ ਸਾਨੂੰ ਹੁਣ ਕਿਤੇ ਵੀ ਗੁਰੂ ਘਰ 'ਚ ਕੋਈ ਚੌਧਰ ਨਹੀਂ ਮਿਲਦੀ ਅਸੀਂ ਕੀ ਕਰੀਏ ਯਾਰ ਅਸੀਂ ਕੁਛ ਨਾ ਕੁਛ ਕਰੀਏ। ਉਹਨਾਂ ਨੇ ਸਿੱਖ ਸੁਸਾਇਟੀ ਆਫ ਇੰਡੀਆਨਾ ਨਾਂ ਦੀ ਇੱਕ ਜਥੇਬੰਦੀ ਬਣਾ ਲਈ। ਮੈਨੂੰ ਨਹੀਂ ਸੀ ਪਤਾ ਉਹ ਕੌਣ ਨੇ ਕੀ ਹੈ ਕਦੀ ਉਹਨਾਂ ਨਾਲ ਆਉਣਾ ਜਾਣਾ ਨਹੀਂ ਸੀ ਹੈਗਾ। ਮੈਨੂੰ ਨਹੀਂ ਸੀ ਪਤਾ ਵੀ ਉਹ ਅਖੌਤੀ ਖਾਲਿਸਤਾਨੀ ਨੇ ਜਾਂ ਅਸਲੀ ਖਾਲਿਸਤਾਨੀ ਨੇ ਜਾਂ ਨਕਲੀ ਨੇ ਜਾਂ ਕੀ ਨੇ ਜੋ ਵੀ ਨੇ ਮੇਰੇ ਮੈਨੂੰ ਉਹਨਾਂ ਨੇ ਅਪਰੋਚ ਕੀਤੀ ਮੈਨੂੰ ਕਹਿੰਦੇ ਵੀ ਅਸੀਂ ਸਾਰਾ ਪ੍ਰੋਗਰਾਮ ਲਿਖਿਆ ਅਸੀਂ ਸਾਰੇ ਅਪਰੂਵਲ ਲੈ ਲਈ ਅਸੀਂ ਇਹ ਲੈ ਲਿਆ ਉਹ ਲੈ ਲਿਆ ਆਹ ਕਰ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਦੀ ਲੀਡਰਸ਼ਿਪ ਕਰੋ। ਔਰ ਉਹਨਾਂ ਦਾ ਮੇਨ ਮਕਸਦ ਸੀਗਾ ਵੀ ਯਾਰ ਗੁਰਿੰਦਰ ਸਿੰਘ ਨੂੰ ਮਿਲ ਕੇ ਜਿੰਨੇ ਵੀ ਇਹਨਾਂ ਦੇ ਨਾਲ ਬਿਜ਼ਨਸ ਵਾਲੇ ਹੋਰ ਭਾਈਵਾਲ ਨੇ ਉਹਨਾਂ ਕੋਲ ਪੈਸੇ ਪੂਹੇ ਮੇਰੇ ਨਾਲ ਗਏ ਜੀ ਇਹਨਾਂ ਨੇ $1.5 ਲੱਖ ਅਸੀਂ ਇਕੱਠਾ ਕੀਤਾ ਭਾਈਨਸ ਕੀਤੀ। ਇੱਥੋਂ ਤੱਕ ਇਹਨਾਂ ਨੇ ਇਹ ਗੱਲ ਕਹੀ ਕਿ ਭਾਈ ਜਿਹੜੇ ਹੁਣ ਦੇ ਜਿਹੜੇ ਨੇ ਨਾ ਅਸੀਂ ਮਤਲਬ ਕਿ ਜਿਹੜੇ ਦੇਖੋ ਹਿਸਾਬ ਲਾਓ ਕਿ ਕੇਪੀ ਸਿੰਘ ਜੀ ਜਿਹੜੇ ਇੱਥੋਂ ਦੇ ਬੜੇ ਮੌਤਬੀਰ 50 ਸਾਲਾਂ ਤੋਂ ਇੱਥੇ ਸਿੱਖੀ ਦੀ ਸੇਵਾ ਕਰਦੇ ਨੇ ਇੱਥੇ ਉਹਨਾਂ ਨੇ ਸਿੱਖੀ ਦੇ ਬਾਰੇ ਇੰਨਾ ਪਰਚਮ ਲਾਇਆ ਕਹਿੰਦੇ ਜੀ ਉਹਨਾਂ ਨੂੰ ਨਹੀਂ ਅੱਗੇ ਆਉਣ ਦੇਣਾ ਉਹਨਾਂ ਨੇ ਇੱਦਾਂ ਜੀ ਫਲਾਣਾ ਜੀ ਟਮਕਾਣਾ ਜੀ ਉਹ ਸਾਰਿਆਂ ਨੇ ਮਤਲਬ ਕਿ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਮੈਨੂੰ ਨਹੀਂ ਸੀ ਪਤਾ ਇਹਨਾਂ ਮੈਨਾਂ ਇਹਨਾਂ ਨੇ ਪਹਿਲਾਂ ਨਾਂ ਲੈ ਲਿਆ ਬਾਅਦ 'ਚ ਕੀ ਕਹਿੰਦੇ ਜੀ ਇਹ ਮੈਂ ਪ੍ਰੋਗਰਾਮ ਕੀ ਹੈ ਕਹਿੰਦੇ ਜੀ ਇਹ ਜੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਇਹ ਸੰਬੋਧਨ ਕਰਕੇ ਉਹਨੂੰ ਸਮਰਪਿਤ ਹੈਗਾ ਇਹ ਪ੍ਰੋਗਰਾਮ ਹੈ ਵੀ ਚਲੋ ਠੀਕ ਹੈ। ਮੈਨੂੰ ਨਹੀਂ ਸੀ ਪਤਾ ਇਹਨਾਂ ਨੇ ਬਾਅਦ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਵਿੱਚ ਇਹਨਾਂ ਨੇ ਸ਼ੋਕੇਸ ਕੀਤਾ ਸਾਰਾ 2020 ਨੂੰ ਲੈ ਕੇ ਆ ਗਏ ਖਾਲਿਸਤਾਨ ਵਾਸਤੇ ਲੈ ਕੇ ਆ ਗਏ 2020 ਲੈ ਕੇ ਆ ਗਏ ਜੋ ਜਿੰਨੀਆਂ ਵੀ ਉਸ ਟਾਈਮ ਦੇ ਜਿਹੜੇ ਸ਼ਹੀਦ ਸਿੰਘ ਸਨ ਉਹਨਾਂ ਵਾਸਤੇ ਸਾਰੀ ਕਾਰਵਾਈ ਮਤਲਬ ਕਿ ਇਹਨਾਂ ਨੇ ਉਹਨੂੰ ਰੂਪੇ ਦਿੱਤਾ ਵੀ ਇਹ ਸਾਰਾ 2020 ਦਾ ਐਸਾ ਚੱਕਰ ਇਹਨਾਂ ਨੇ ਚੜਾ ਦਿੱਤਾ ਇਹ ਹਿਸਾਬ ਲਾਓ ਕਿ $1.5 ਲੱਖ ਜਿਹੜਾ ਇਕੱਠਾ ਕੀਤਾ ਉਹਦੇ 'ਚੋਂ $20,000-25,000 ਜਾਂ 5,000-6,000 ਮੈਨੂੰ ਐਗਜੈਕਟ ਨਹੀਂ ਪਤਾ ਕਿ $6,000 ਕਿ $10,000 ਇਹਨਾਂ ਨੇ 2020 ਨੂੰ ਦੇ ਦਿੱਤਾ ਜਦਕਿ ਉਹ ਜਿਹੜੇ ਲੋਕਾਂ ਨੇ ਉਹ ਜਿਹੜੇ ਵੀ ਸੰਗਤ ਨੇ ਉਹ ਪੈਸੇ ਦਿੱਤੇ ਸੀਗੇ ਉਹ ਪੈਸੇ ਇੱਥੇ ਨਗਰ ਕੀਰਤਨ ਵਾਸਤੇ ਦਿੱਤੇ ਸੀ ਇੱਥੋਂ ਵਾਸਤੇ ਦਿੱਤੇ ਸੀ ਕਿਸੇ ਨੇ ਇਸ ਕਰਕੇ ਨਹੀਂ ਦਿੱਤੇ ਵੀ ਤੁਸੀਂ 2020 ਨੂੰ ਦੇ ਦਿਓ ਜਾਂ 50-50 ਨੂੰ ਦੇ ਦਿਓ ਜਾਂ ਕਿਸੇ ਨੂੰ ਕਰ ਦਿਓ। ਮੈਨੂੰ ਕਹਿੰਦੇ ਜੀ ਤੁਸੀਂ
ਤੁਸੀਂ ਨਾ ਉਹਦੇ ਉੱਤੇ ਮਤਲਬ ਕਿ ਸਟੇਜ ਉੱਤੇ ਚੜ੍ਹ ਕੇ ਤੁਸੀਂ ਖਾਲਿਸਤਾਨ ਦੇ ਨਾਅਰੇ ਲਾਓ। ਮੈਂ ਵੀ ਦਿਸ ਇਜ਼ ਨਾਟ ਦ ਰਾਈਟ ਪਲੇਸ, ਮੈਂ ਖਾਲਿਸਤਾਨ ਦਾ ਜਿੰਨੀ ਜਿੰਨਾ ਤੁਹਾਨੂੰ ਹੈ ਨਾ ਉਹਨਾਂ ਮੈਨੂੰ ਉਦੋਂ ਵੀ ਜ਼ਿਆਦਾ। ਅਸੀਂ ਨਹੀਂ ਚਾਹੁੰਦੇ ਖਾਲਿਸਤਾਨ ਬਣੇ, ਮੈਂ ਮੇਰੇ ਪਿਓ ਦੇ 5 ਸਾਲ ਟਾਡਾ ਲੱਗਾ ਰਿਹਾ। ਤੁਸੀਂ ਦੱਸੋ ਵੀ ਤੁਹਾਡੇ ਮੈਨੂੰ ਦੱਸੋ ਕਿਹੜੇ ਕਿਹਨੂੰ ਛਿੱਤਰ ਪਏ ਨੇ ਮੈਨੂੰ ਦੱਸੋ। ਮੈਂ ਮੇਰੇ ਪਿਓ ਨੂੰ ਪੁੱਠਾ ਟੰਗਦਾ ਸੀ, 5 ਸਾਲ ਮੇਰੇ ਪਿਓ ਦੇ ਟਾਡਾ ਲੱਗਾ ਰਿਹਾ। ਮੈਂ ਤੁਸੀਂ ਕੀ ਸਮਝਦੇ ਹੋ, ਮੈਂ ਤੁਸੀਂ ਕੀ ਸਮਝਦੇ ਮੈਂ ਘੱਟ ਖਾਲਿਸਤਾਨੀ ਤੁਹਾਡੇ ਤੋਂ ਹੈ? ਤੇ ਉਦੋਂ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਇਹ ਜਿਹੜੇ ਸੋ ਕਾਲ ਆਪਣੇ ਆਪ ਨੂੰ ਖੁਦ ਹੀ ਖਾਲਿਸਤਾਨੀ ਕਹਿੰਦੇ ਨੇ, ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਪਤਾ ਨੀ ਕੀ ਚੱਕਰ ਹੈ, ਵੀ ਇਹ ਪਤਾ ਨੀ ਇਹਨੂੰ ਕੀ ਹੋਇਆ ਹੈ। ਉਸ ਤੋਂ ਬਾਅਦ ਇਸੇ ਕਰਕੇ ਇਸੇ ਚੱਕਰ 'ਚ ਪੈ ਗਏ ਵੀ ਕਿਸੇ ਤਰੀਕੇ ਨਾਲ ਵੀ ਗੁਰਿੰਦਰ ਸਿੰਘ ਨੂੰ ਦੀ ਠਿੱਬੀ ਲਾਓ, ਗੁਰਿੰਦਰ ਸਿੰਘ ਨੂੰ ਕੁਛ ਨਾ ਕੁਛ ਕਰੋ। ਤੁਸੀਂ ਇਹ ਸਾਲ ਆਓ ਕਿ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਲੱਭ ਰਹੇ ਸੀ ਵੀ ਕਿਸੇ ਤਰੀਕੇ ਨਾਲ ਫਾਇੰਡ ਆਊਟ ਕਰੀਏ ਵੀ ਇਹਦੇ ਉੱਤੇ ਕੋਈ ਨਾ ਕੋਈ ਲਾਸ਼ਨ ਲਾਈਏ, ਕੋਈ ਨਾ ਕੋਈ ਚੱਕਰ ਕਰੀਏ। ਫਿਰ ਇਹਨਾਂ ਨੇ ਉਹੀ ਬੰਦੇ ਇਹ ਗੁਰੂ ਗ੍ਰੀਨ ਗੁਰਦੁਆਰਾ ਗ੍ਰੀਨ ਕਾਰ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਦੇ ਵੱਲ ਆਪੋ ਛਿੱਤਰੋ ਛਿੱਤਰੀ ਹੋਏ, ਪੱਗੋ ਪੱਗੀ ਹੋਏ, ਇੰਨੀ ਲਾਂਤ ਇਹਨਾਂ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਆਪਣੀਆਂ ਪੱਗਾਂ ਲਾ ਕੇ ਪੂਰੇ ਇੰਡੀਆਨਾ ਦੇ ਵਿੱਚ ਜਿੱਥੇ ਅਸੀਂ ਪਿਛਲੇ 10-12 ਸਾਲਾਂ ਤੋਂ ਸਿੱਖੀ ਵਾਸਤੇ ਇੰਨੀ ਭਜਨ ਕਰਦੇ ਪਏ ਹਾਂ, ਉੱਥੇ ਇਹਨਾਂ ਨੇ ਇੰਨੀ ਬੇਇੱਜ਼ਤੀ ਕਰਾਈ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਕਿਹਾ ਜੀ ਵੀ ਇਹ ਗੁਰਿੰਦਰ ਸਿੰਘ ਨੇ ਫਟਾਫਟ ਉੱਥੇ ਨਾ ਮੀਡੀਆ 'ਤੇ ਚਾਹਤਾ ਵੀ ਜਿਵੇਂ ਹੋਰੇ ਗੁਰਿੰਦਰ ਸਿੰਘ ਦੇ ਮੀਡੀਆ ਹੱਥ 'ਚ ਬੈਠਾ ਜਾਂ ਪੁਲਿਸ ਮੇਰੇ ਛਿੱਤਰੋ ਚੁੱਤਰੀ ਇੱਕ ਦੂਜੇ ਦੀਆਂ ਦਾੜੀਆਂ ਅਤੇ ਪੱਗਾਂ ਤੁਸੀਂ ਫੜੀਆਂ ਨੇ। ਅਤੇ ਅਸੀਂ ਉਸੇ ਟਾਈਮ ਉਸੇ ਦਿਨ ਵਿਸਾਖੀ ਵਾਲਾ ਦਿਨ ਸੀਗਾ, ਇੰਨੀ ਇਹਨਾਂ ਨੇ ਬੇਇੱਜ਼ਤੀ ਕਰਾਈ। ਉਸੇ ਦਿਨ ਗ੍ਰੀਨ ਅਸੀਂ ਫਿਸ਼ਰ ਗੁਰਦੁਆਰਾ ਸਾਹਿਬ ਦੇ ਵਿੱਚ ਅਟਾਰਨੀ ਜਨਰਲ US ਸੈਨੇਟਰ ਹੋਰ ਵੱਡੇ ਆਲਾ ਅਫਸਰ ਜਿਹੜੇ ਹਨ ਅਸੀਂ ਇੱਥੇ ਬੁਲਾਏ। ਉਦੋਂ ਮੈਨੂੰ ਫੋਨ ਆਇਆ ਵੀ ਉੱਥੇ ਇੱਦਾਂ ਦਾ ਐਵੇਂ ਇਹਨਾਂ ਨੇ ਕੁੱਤੇ ਖਾਣੀ ਕਰਾਈ ਹੈ ਗੁਰੂ ਘਰ ਦੇ ਵਿੱਚ, ਇੰਨੀ ਮਾੜੀ ਇਹਨਾਂ ਨੇ ਗੱਲ ਕੀਤੀ। ਫਿਰ ਤੁਸੀਂ ਇਹ ਹਿਸਾਬ ਲਾਓ ਕਿ ਉਸ ਤੋਂ ਬਾਅਦ ਮੈਂ ਵੀ ਉਹਦੇ ਵਿੱਚ ਫਿਰ ਇਨਵੋਲਵ ਹੋਇਆ। ਫਿਰ ਕੀ ਹੋਇਆ ਕਿ ਇੱਕ ਸਾਡੀ ਕਮਿਊਨਿਟੀ ਸਾਡੇ ਕੋਲ ਇੱਕ ਉਹਨਾਂ 'ਚੋਂ ਇੱਕ ਬੱਚੀ ਸੀਗੀ ਜਿਹਦੇ ਬੱਚੀ ਦੇ ਇਹਨਾਂ ਨੇ ਕਿਸੇ ਨੇ ਹਰਾਮਜ਼ਾਦੇ ਨੇ ਉਹਦੇ ਮਾਰੀ ਉਹ ਕੀ ਨਾਂ ਹੈ ਕੀ ਜਿਹੜੀ ਹੁੰਦੀ ਹੈ ਅੜੀਆਂ ਕੀ ਨਾਂ ਹੈ ਮਿਰਚਾਂ ਹੁੰਦੀਆਂ ਨੇ ਉਹ ਇੰਨੀਆਂ ਅੰਦਰ ਹਾਂ ਪੇਪਰ ਸਪਰੇ ਉਹ ਪੇਪਰ ਸਪਰੇ ਅਸੀਂ ਕੀਤੀ ਕਿ ਉਹ ਹੋਸਪਿਟਲ ਸੀ। ਉਹਦੇ ਮਾਂ ਪਿਓ ਕਹਿੰਦੇ ਵੀ ਯਾਰ ਤੁਸੀਂ ਜੇ ਤੁਸੀਂ ਸਾਡੇ ਵਾਸਤੇ ਇੰਨਾ ਨਹੀਂ ਕਰ ਸਕਦੇ ਅੱਜ ਤੁਸੀਂ ਕਰਕੇ ਹੀ ਸਕਦੇ, ਤੁਸੀਂ ਆਪਣੇ ਆਪ ਨੂੰ ਬੜਾ ਕਹਿੰਦੇ ਹੋ ਵੀ ਅਸੀਂ ਕਮਿਊਨਿਟੀ ਵਾਸਤੇ ਭਜਨਸ ਕਰਦੇ ਹਾਂ, ਯੇ ਹੈ ਉਹ ਹੈ ਅਤੇ ਆਹ ਦੇਖੋ ਆਹ ਕੀ ਹਾਲ ਹੋਇਆ। ਠੀਕ ਹੈ ਨਾ, ਉਸ ਟਾਈਮ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਆਓ ਫਿਰ ਵੀ ਆਪਣਾ ਆ ਕੇ ਬੈਠ ਕੇ ਤਾਲਮੇਲ ਕਰੋ, ਜੋ ਵੀ ਕਿਸੇ ਨੂੰ ਹੈਗਾ ਗੱਲ ਕੋਈ ਆਇਆ ਨਹੀਂ ਹੈਗਾ ਕੋਈ। ਮੈਂ ਇਹਨਾਂ ਸੱਚੀ ਗੱਲ ਨਾ ਮੈਂ ਅਪਰੋਚ ਕੀਤਾ ਕੋਈ ਬੰਦਾ ਨਹੀਂ ਆਇਆ। ਇਹਨਾਂ ਨੂੰ ਲੱਗਾ ਵੀ ਠੀਕ ਹੈ 15 ਦਿਨ ਲੰਘ ਗਏ ਨੇ, ਮਤਲਬ ਪ੍ਰੋਸੀਕਿਊਟਰ ਨੇ ਕੋਈ ਗੱਲਬਾਤ ਨਹੀਂ ਕੀਤੀ, 15 ਦਿਨ ਲੰਘ ਗਏ ਨੇ ਕੋਈ ਚੱਕਰ ਨਹੀਂ ਹੈਗਾ, ਨੋ ਪ੍ਰੋਬਲਮ। ਇਸ ਕਰਕੇ ਇਹਨਾਂ ਨੇ ਕੇਅਰ ਨਹੀਂ ਕੀਤੀ, ਉਹ ਫਿਰ ਸਾਨੂੰ ਮਜਬੂਰਨ ਉੱਤੇ ਪ੍ਰੈਸ਼ਰ ਪਾ ਕੇ ਪ੍ਰੋਸੀਕਿਊਟਰ ਨੂੰ ਕਹਿਣਾ ਪਿਆ ਭਾਈ ਤੂੰ ਇਹ ਨਹੀਂ ਕਰਦਾ ਤੇ ਅਸੀਂ ਤੇਰੇ ਅਗੇਂਸਟ ਕਰਾਂਗੇ। ਫਿਰ ਉਹਨੇ ਪ੍ਰੋਸੀਕਿਊਟਰ ਨੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ, ਫਿਰ ਇਹ ਕਹਿੰਦੇ ਜੀ ਵੀ ਗੁਰਿੰਦਰ ਸਿੰਘ ਦਾ ਧੜ ਬਣ ਗਿਆ। ਧੜ ਮੈਂ ਕਾਹਦੀ ਬਣਾ, ਜਦੋਂ ਤੁਸੀਂ ਪਹਿਲੇ ਦਿਨ ਤੋਂ ਤੁਸੀਂ ਇਹ ਕਿਹਾ ਵੀ ਜੇ ਤੂੰ ਖਾਲਿਸਤਾਨ ਦੇ ਨਾਅਰੇ ਨਹੀਂ ਲਾਉਂਦਾ ਤੇ ਤੂੰ RSS ਹੈ, ਠੀਕ ਹੈ ਨਾ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਬੰਦਾ ਖਾਲਿਸਤਾਨ ਨਹੀਂ ਕਹਿੰਦਾ ਮੈਂ ਖਾਲਿਸਤਾਨੀ ਹਾਂ, ਉਹ ਬੰਦੇ ਨੂੰ ਇਹ RSS ਘੋਸ਼ਿਤ ਕਰਦੇ ਨੇ। ਮੂਵਿੰਗ ਫਾਰਵਰਡ ਮੈਂ ਉਸ ਤੋਂ ਬਾਅਦ ਇਹਨਾਂ ਤੋਂ ਦੂਰ ਹੋ ਗਿਆ। ਮੈਂ ਕਿਹਾ ਵੀ ਠੀਕ ਹੈ, ਅਸੀਂ ਸਿੱਖਸ ਪੋਲੀਟੀਕਲ ਐਕਸ਼ਨ ਕਮੇਟੀ ਦੀ ਹੋਂਦ ਲਿਆਂਦੀ ਔਰ ਭਜਨਸ ਕੀਤੀ, ਉਹਦੇ ਵਾਸਤੇ ਅਸੀਂ ਬਹੁਤ ਕੰਮ ਕੀਤੇ। ਤੁਹਾਨੂੰ ਪਤਾ ਹੀ ਹੈ ਕਈ ਸਟੇਟਾਂ ਦੇ ਵਿੱਚ ਸਿੱਖ ਹਿਸਟਰੀ ਲਾਗੂ ਕਰਾਈਏ, ਇੰਡੀਆਨਾ ਦੇ ਵਿੱਚ ਸਿੱਖ ਹਿਸਟਰੀ ਲਾਗੂ ਕਰਾਈਏ, ਇੰਡੀਆਨਾ ਦੇ ਵਿੱਚ ਵਿਸਾਖੀ ਘੋਸ਼ਿਤ ਕਰਾਈ, ਅਪ੍ਰੈਲ ਨੂੰ ਮਤਲਬ ਦਿਨ ਕਰਾਇਆ। ਉਹਦੇ ਵਿੱਚ ਹਰ ਬੰਦਾ ਉਸ ਦਿਨ ਤੋਂ, ਮੈਂ ਸੱਚੀ ਗੱਲ ਕਹਿੰਦਾ ਗੁਰੂ ਦੀ ਮੈਨੂੰ ਸੌਂ, ਮੈਂ ਕਹਿੰਦਾ ਵੀ ਜਿੰਨੇ ਵੀ ਇੱਥੋਂ ਦੇ ਪਤਵੰਤੇ ਸੱਜਣ ਸੀ ਭਾਵੇਂ ਉਹ 50 ਸਾਲਾਂ ਤੋਂ ਰਹਿ ਰਹੇ ਨੇ ਭਾਵੇਂ 2 ਸਾਲਾਂ ਤੋਂ ਨੇ, ਕਿਸੇ ਨੇ ਐਪਰੀਸ਼ੀਏਟ ਕਰਨ ਦੀ ਬਜਾਏ ਮੇਰੀਆਂ ਲੱਤਾਂ ਖਿੱਚੀਆਂ ਨੇ ਵੀ ਇਹ ਕੱਲ ਦਾ ਮੁੰਡਾ ਇਹ ਕਿਵੇਂ ਅੱਗੇ ਲੰਘ ਗਿਆ, ਇਹ ਗੱਲ ਹੋਈ ਹੈ। ਮੈਂ ਤਾਂ ਮੇਰਾ ਮਨ ਆ ਇੱਦਾਂ ਗਾ, ਠੀਕ ਹੈ ਨਾ, ਭਾਵੇਂ ਕੋਈ ਵੀ ਸੀਗਾ, ਉਹ KP ਸਿੰਘ ਤੋਂ ਲੈ ਕੇ ਦੂਰ ਤੱਕ ਜਿੰਨੇ ਵੀ ਨੇ ਛੋਟੇ ਵੱਡੇ ਨੇ ਜੋ ਵੀ ਨੇ, ਤਾਂ ਮਤਲਬ ਤੁਸੀਂ ਐਪਰੀਸ਼ੀਏਟ ਕਰਨ ਦੀ ਬਜਾਏ ਤੁਸੀਂ ਦੂਜੇ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕੀਤੀਆਂ। ਫਿਰ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਕਿਸੇ ਤਰੀਕੇ ਨਾਲ, ਇਹਨਾਂ ਨੇ ਪੂਰੀ ਭਜਨ ਕੀਤੀ। ਫਿਰ ਕੀ ਮੂਵਿੰਗ ਫਾਰਵਰਡ ਕੀ ਹੋਇਆ ਕਿ 2019 ਦੇ ਵਿੱਚ ਅਕਤੂਬਰ ਦੇ ਵਿੱਚ ਮੋਦੀ ਜਦੋਂ ਆਇਆ ਉਦੋਂ ਇਹ 35-40 ਜਥੇਬੰਦੀਆਂ ਦੇ ਜਿਨ੍ਹਾਂ ਦੇ ਸਿੱਖ ਲੀਡਰ ਨੇ ਪੂਰੇ ਅਮਰੀਕਾ ਦੇ ਵਿੱਚ, ਉਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ ਇੱਕ ਵਫਦ ਲੈ ਕੇ ਮੋਦੀ ਨੂੰ ਮਿਲਣਾ, ਉਹਨੂੰ ਮੈਮੋਰੈਂਡਮ ਦੇਣਾ। ਔਰ ਮੈਮੋਰੈਂਡਮ ਦੇ ਵਿੱਚ ਨੰਬਰ 1 ਇਹ ਸੀਗਾ ਕਿ ਜਿਹੜੇ ਬੰਦੇ ਅਮਰੀਕਾ ਦੇ ਵਿੱਚ ਆਏ ਨੇ ਅਸਾਈਲਮ ਲਈਏ, ਉਹਨਾਂ ਨੂੰ ਜਦੋਂ ਗ੍ਰੀਨ ਕਾਰਡ ਮਿਲ ਜਾਂਦਾ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਪਾਸਪੋਰਟ ਨਹੀਂ ਸੀ ਦਿੰਦੀ। ਉਹ ਜਿਹੜਾ ਪਾਸਪੋਰਟ ਨਹੀਂ ਸੀ ਦਿੰਦੀ ਉਹਦੇ ਚੱਕਰ ਦੇ ਵਿੱਚ ਉਹਨਾਂ ਨੂੰ ਪਾਸਪੋਰਟ ਨਹੀਂ ਸੀ ਮਿਲਦਾ। ਦੂਜਾ ਜਿਹਨਾਂ ਕੋਲ ਗ੍ਰੀਨ ਮਿਲ ਜਾਂਦਾ ਸੀਗਾ ਪਾਸਪੋਰਟ, ਅਮਰੀਕਨ ਪਾਸਪੋਰਟ ਸੀ, ਉਹਨਾਂ ਨੂੰ ਉਹ ਵੀਜ਼ਾ ਨਹੀਂ ਸੀ ਦਿੰਦੇ। ਇਹ ਨੰਬਰ, ਇਹ 2 ਚੀਜ਼ਾਂ ਹਨ। ਦੂਸਰੀ ਗੱਲ ਸੀਗਾ ਕਿ ਉੱਥੇ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹਨੂੰ ਖੋਲ੍ਹ ਕੇ ਉਹਨੂੰ ਕਿਵੇਂ ਕੀਤਾ ਜਾਏ,
ਉਹ ਤੀਸਰਾ ਇਹ ਸੀਗਾ ਕਿ ਜਿਹੜਾ ਜਿਹੜੀਆਂ ਜੇਲ੍ਹਾਂ 'ਚ ਬੰਦ ਨੇ ਆਪਣੇ ਉਹਨਾਂ ਨੇ ਜਿਹਨਾਂ ਸਜ਼ਾ ਕੱਟ ਲਈਆਂ ਨੇ ਉਹਨਾਂ ਨੂੰ ਤੁਸੀਂ ਜਿਹੜਾ ਰਿਹਾਅ ਕਰਾਓ। ਚੌ ਪੰਜਵੀਂ ਇਹ ਸੀਗੀ ਕਿ ਜਿਹੜਾ ਦਿੱਲੀ ਏਅਰਪੋਰਟ ਹੈ ਉਹਨੂੰ ਗੁਰੂ ਨਾਨਕ ਦੇਵ ਜੀ ਨਾਂ ਦੇ ਉੱਤੇ ਉਹਦਾ ਮਹਿੰਦਰਾ ਗਾਂਧੀ ਦਾ ਨਾਂ ਹਟਾ ਕੇ ਗੁਰੂ ਨਾਨਕ ਦੇਵ ਜੀ ਕਰੋ। ਇਸ ਕਾਰਨ ਦੇ ਵਿੱਚ ਮੈਂ 45 ਹੋਰ ਜਿੰਨੇ ਵੀ ਅਮਰੀਕਾ ਦੇ ਪਤਵੰਤੇ ਲੀਡਰ ਸਨ 45 ਔਰਗਨਾਈਜੇਸ਼ਨ ਦੇ ਉਹਨਾਂ ਦੇ ਨਾਲ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਵੀ ਖਾਲਸਾ ਜੀ ਤੁਸੀਂ ਵੀ ਚੱਲੋ, ਮੈਂ ਉੱਥੇ ਜਾ ਕੇ ਇਹ ਕੀਤਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਅਸੀਂ ਮੈਮੋਰੈਂਡਮ ਲੈ ਕੇ ਮੌਕੇ ਦੇ ਪ੍ਰਾਈਮ ਮਿਨਿਸਟਰ ਨੂੰ ਇੱਥੇ ਰਿਕੁਐਸਟ ਕੀਤੀ ਹੈ ਭਾਈ ਆਹ ਸਾਡੀਆਂ ਮੰਗਾਂ ਨੇ ਔਰ ਉਹਦੇ ਨਾਲ ਤੁਸੀਂ ਜਾਂ ਉਹਨਾਂ ਤੁਸੀਂ ਬੀਜੇਪੀ ਬਣ ਗਏ। ਦੂਸਰੀ ਪਿਛਲੇ 6 ਸਾਲਾਂ ਤੋਂ ਇਹਨਾਂ 6 ਮਹੀਨਿਆਂ ਤੋਂ ਆਪਣੇ ਜਿਹੜੇ ਜ਼ਿਮੀਦਾਰ ਨੇ ਉਹ ਦਿੱਲੀ ਬੈਠੇ ਨੇ, ਇਸ ਕਰਕੇ ਬੈਠੇ ਨਾ ਵੀ ਅਸੀਂ ਟੇਬਲ 'ਤੇ ਬਹੀਏ ਮੋਦੀ ਦੇ ਨਾਲ ਅਤੇ ਸਾਡੀਆਂ ਮੰਗਾਂ ਮੰਨੇ। ਤੁਸੀਂ ਉਹ ਜੇ ਉੱਥੇ ਜਿਹੜਾ ਸਿੱਖ ਜਾ ਕੇ ਤਰਲੇ ਕਰਦਾ ਪਿਆ ਵੀ ਅਸੀਂ ਗੌਰਮੈਂਟ ਦੇ ਨਾਲ ਮੋਦੀ ਦੀ ਗੌਰਮੈਂਟ ਦੇ ਨਾਲ ਮੋਦੀ ਨਾਲ ਬਹਿ ਕੇ ਅਸੀਂ ਆਪਣੀ ਜਿਹੜੀਆਂ ਨੇ ਮੰਗਾਂ ਵਾਪਸ ਲਈਏ, ਉੱਥੇ ਜਿਹੜਾ ਮੋਦੀ ਨੂੰ ਮਿਲਣਾ ਉਹ ਆਰ ਐਸ ਕੋ ਨਹੀਂ, 22 ਵਾਰੀ 12-13 ਵਾਰੀ ਜਿਹੜੇ ਜਿੰਨੇ ਵੀ ਕਿਸਾਨ ਲੀਡਰ ਮਿਲੇ ਨੇ ਮੋਦੀ ਨੂੰ ਦੀ ਸਰਕਾਰ ਨੂੰ ਜਾਂ ਮੋਦੀ ਨੂੰ, ਉਹ ਆਰ ਐਸ ਉਹ ਨਹੀਂ ਆਰ ਐਸ ਐਸ ਬਣ ਗਏ।